समूह विश्व भर के दर्शकों सत श्री अकाल। अज के प्रोग्राम खास गलबात दे विच असी बड़े ही गंभीर एक मुद्दे दे उत्ते गल करांगे, जिहड़ा कि बच्चियां ते मापियां दे आपसी रिश्ते नूं लैके जिहड़ा एक संकट बनिया पिया आ, उस चीज़ दे उत्ते असी अज डिस्कस करांगे इस प्रोग्राम दे विच लगभग 25 मिनट के ਇਹ ਸੰਕਟ ਕੀ ਹੈਗਾ ਆ, ਕਿਉਂ ਹੈਗਾ ਆ ਅਤੇ ਕਿਵੇਂ ਅਸੀਂ ਇਸ ਤੋਂ ਬਾਹਰ ਨਿਕਲ ਸਕਦੇ ਹਾਂ। ਕਿਉਂਕਿ ਜ਼ਿਆਦਾਤਰ ਦੇਖਣ ਨੂੰ ਮਿਲਦਾ ਆ ਕਿ ਬੱਚੇ ਜਿਹੜੇ ਆ ਉਹ ਮਾਪਿਆਂ ਦੇ ਰਵੱਈਏ ਤੋਂ ਖੁਸ਼ ਨਹੀਂ ਅਤੇ ਮਾਪੇ ਜਿਹੜੇ ਆ ਉਹ ਬੱਚਿਆਂ ਦੇ ਰਵੱਈਏ ਤੋਂ ਖੁਸ਼ ਨਹੀਂ, ਕਿਉਂਕਿ ਯੁੱਗ ਬਦਲ ਰਿਹਾ ਆ, ਬਹੁਤ ਕੁਝ ਜ਼ਿੰਦਗੀ ਦੇ ਵਿੱਚ ਨਵਾਂ ਆ ਰਿਹਾ ਆ, ਹੋ ਰਿਹਾ ਆ। ਉਸ ਚੀਜ਼ ਨੂੰ ਲੈ ਕੇ ਕਈ ਵਾਰ ਮਾਪੇ ਜਿਹੜੇ ਆ ਉਹ ਪੁਰਾਣੀਆਂ ਰਵਾਇਤਾਂ ਜਾਂ ਪੁਰਾਣੇ ਟਰੈਡੀਸ਼ਨ ਜਾਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆ, ਪਰ ਕਈ ਵਾਰ ਬੱਚੇ ਉਹਨਾਂ ਚੀਜ਼ਾਂ ਨੂੰ ਪਸੰਦ ਜਿਹੜਾ ਆ ਉਹ ਨਹੀਂ ਕਰਦੇ। ਸੋ ਇਸੇ ਹੀ ਸੰਕਟ ਦੇ ਉੱਤੇ ਅਸੀਂ ਅੱਜ ਸਮੁੱਚੀ ਚਰਚਾ ਜਿਹੜੀ ਆ ਉਹ ਕਰਾਂਗੇ। ਸਾਡੇ ਨਾਲ ਮੌਜੂਦ ਨੇ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਸੋ ਉਹਨਾਂ ਦੇ ਨਾਲ ਅੱਜ ਦੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਸੋ ਡਾਕਟਰ ਸਾਹਿਬ ਨੇ, ਮੈਂ ਦੱਸ ਦੇਵਾਂ ਕਿ ਬਹੁਤ ਸਾਰੀਆਂ ਬੱਚਿਆਂ ਦੇ ਉੱਤੇ ਕਿਤਾਬਾਂ ਜਿਹੜੀਆਂ ਆ ਉਹ ਲਿਖੀਆਂ ਨੇ, ਬੱਚਿਆਂ ਦੇ ਮਨ ਨੂੰ ਕਿਵੇਂ ਸਮਝਿਆ ਜਾ ਸਕਦਾ ਆ ਜਾਂ ਬੱਚੇ ਕਿਵੇਂ ਸ਼ਰਾਰਤਾਂ ਕਰਦੇ ਨੇ ਜਾਂ ਕੀ ਕਰਦੇ ਨੇ, ਉਹ ਸਾਰਾ ਕੁਛ ਬਹੁਤ ਵਿਸਥਾਰ ਦੇ ਵਿੱਚ ਡਾਕਟਰ ਸਾਹਿਬ ਨੇ ਜਿਹੜਾ ਆ ਉਹ ਲੋਕਾਂ ਦੇ ਸਾਹਮਣੇ ਲਿਆਂਦਾ। ਸੋ ਅੱਜ ਦੀ ਸਮੁੱਚੀ ਚਰਚਾ ਵੀ ਜਿਹੜੀ ਆ ਉਹ ਅਸੀਂ ਡਾਕਟਰ ਸਾਹਿਬ ਦੇ ਨਾਲ ਜਿਹੜੀ ਆ ਉਹ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਜਨਰੇਸ਼ਨ ਗੈਪ ਜਾਂ ਜਿਹੜੀ ਦੂਰੀ ਜਿਹੜੀ ਆ ਉਹ ਵੱਧ ਰਹੀ ਆ, ਇਹ ਕੀ ਹੈਗਾ ਆ ਅਤੇ ਕਿਉਂ ਇਸ ਤਰ੍ਹਾਂ ਹੋ ਰਿਹਾ, ਤੁਸੀਂ ਕਿਵੇਂ ਇਸ ਚੀਜ਼ ਨੂੰ ਜਿਹੜਾ ਆ ਉਹ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮਤਲਬ ਕਿ ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਜਿਹੜਾ ਅੱਜ ਵਿਸ਼ਾ ਲਿਆ ਹੈਗਾ, ਤੁਸੀਂ ਵਿਸ਼ੇ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਇੱਕ ਨੂੰ ਸ਼ਬਦ ਸੰਕਟ ਦੇ ਤੌਰ 'ਤੇ ਕਿਹਾ ਵੀ ਇੱਕ ਸੰਕਟ ਹੈਗਾ ਆਪਸ ਦੇ ਵਿੱਚ ਬੱਚਿਆਂ ਦਾ ਅਤੇ ਮਾਪਿਆਂ ਦਾ। ਹਾਂਜੀ। ਅਤੇ ਮੈਂ ਆਪਣੀ ਗੱਲ ਇੱਥੋਂ ਹੀ ਸ਼ੁਰੂ ਕਰਦਾ ਕਿ ਜਿਹੜਾ ਸੰਕਟ ਹੈਗਾ ਇਹ ਅੱਜ ਅਸੀਂ ਕਹਿ ਰਹੇ ਵੀ ਅੱਜ ਦੀ ਤਰੀਕ ਦੇ ਵਿੱਚ ਇਹ ਸੰਕਟ ਹੈਗਾ। ਹਾਂਜੀ। ਪਰ ਮਤਲਬ ਕਿ ਰਵਿੰਦਰ ਨਾਥ ਟੈਗੋਰ ਨੇ ਮਤਲਬ ਕਿ ਇੱਕ ਵਾਰੀ ਕਿਹਾ ਸੀਗਾ ਕਿ ਬੱਚਾ ਅੱਜ ਤੋਂ 5000 ਸਾਲ ਪਹਿਲਾਂ ਵੀ ਉਹੀ ਸੀਗਾ, ਅੱਜ ਵੀ ਉਹੀ ਹੈਗਾ। ਉਹਦਾ ਮਤਲਬ ਸੀਗਾ ਜਦੋਂ ਬੱਚਾ ਪੈਦਾ ਹੁੰਦਾ ਹੈਗਾ ਅਤੇ ਜਦੋਂ ਹੌਲੀ ਹੌਲੀ ਵੱਡਾ ਹੋ ਰਿਹਾ ਹੁੰਦਾ ਹੈਗਾ। ਅਤੇ ਦੂਜੇ ਪਾਸੇ ਹੈਗਾ ਜਿਹੜਾ ਸੰਕਟ ਹੈਗਾ ਉਹ ਕਦੋਂ ਆਉਂਦਾ ਹੈਗਾ, ਕਿਸ ਵਾਸਤੇ ਆਉਂਦਾ ਜਾਂ ਕਿਉਂ ਆ ਗਿਆ, ਹੁਣ ਆਪਾਂ ਜਦੋਂ ਅੱਜ ਦੀ ਗੱਲ ਕਰਦੇ ਹੈਗੇ ਹਾਂ। ਮੈਂ ਵੀ ਚਲੋ ਸਰੀਰ ਵਿਗਿਆਨ ਦਾ ਬੰਦਾ ਹੈਗਾ ਅਤੇ ਸਰੀਰ ਵਿਗਿਆਨ ਦੇ ਵਿੱਚ ਅਸੀਂ ਜਦੋਂ ਪੜ੍ਹਦੇ ਹੈਗੇ ਹਾਂ ਬੱਚਾ ਜਿਹੜਾ ਹੈਗਾ ਮਾਂ ਦੇ ਪੇਟ ਦੇ ਵਿੱਚ 9 ਮਹੀਨੇ ਉਹੀ ਦਿਨ ਲੱਗਦੇ ਆ, 9 ਮਹੀਨੇ ਅੱਜ ਲੱਗਦੇ ਹੈਗੇ ਨੇ, 9 ਮਹੀਨੇ ਮਤਲਬ ਪਹਿਲਾਂ ਲੱਗਦੇ ਸੀਗੇ ਆਪਾਂ ਮਤਲਬ ਕਹਿ ਸਕਦੇ ਇਹਨੂੰ ਆਪਾਂ 1000 ਸਾਲਾਂ ਦੀ ਗੱਲ ਹੈਗੀ ਹੈ। ਅਤੇ ਉਸ ਤਰੀਕੇ ਨਾਲ ਬੱਚਾ ਜਿਹੜਾ ਹੈਗਾ ਕਦੋਂ ਬੈਠਣ ਲੱਗਦਾ, ਕਦੋਂ ਦੌੜਨ ਲੱਗਦਾ, ਕਦੋਂ ਖੜਾ ਹੋਣ ਲੱਗਦਾ, ਕਦੋਂ ਬੋਲਣ ਲੱਗਦਾ, ਉਹ ਸਾਰੇ ਸਮੇਂ ਉਹੀ ਨੇ। ਬਈ ਕਹਿਣ ਦਾ ਮਤਲਬ ਉਸ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ ਹੈਗਾ। ਆਪਾਂ ਜੇ ਕਹੀਏ ਕਿ ਪਹਿਲਾਂ ਬੱਚਾ 5 ਮਹੀਨੇ ਦਾ ਬੈਠਦਾ ਸੀ ਅਤੇ ਅੱਜ 2 ਮਹੀਨੇ ਦਾ ਬੈਠਣ ਲੱਗ ਪਿਆ ਹੈਗਾ, ਇਸ ਤਰ੍ਹਾਂ ਨਹੀਂ ਹੈਗਾ। ਤਾਂ ਮਤਲਬ ਕਿ ਇੱਥੋਂ ਸੋਚਣਾ ਚਾਹੀਦਾ ਵੀ ਕਿਹੜਾ ਪੜਾਅ ਹੈਗਾ ਜਦੋਂ ਇਹ ਮਤਲਬ ਕਿ ਸੰਕਟ ਸ਼ੁਰੂ ਹੁੰਦਾ ਹੈਗਾ। ਅਤੇ ਫਿਰ ਇਹ ਸੰਕਟ ਆਪਾਂ ਕਹਿੰਦੇ ਹਾਂ ਕਿ ਬਹੁਤ ਦੂਰੀ ਜਿਹੜੀ ਹੈਗੀ ਹੈ ਮਾਪਿਆਂ ਦੇ ਵਿੱਚ ਅਤੇ ਬੱਚਿਆਂ ਦੀ ਦੂਰੀ ਵੱਧ ਗਈ ਹੈਗੀ ਹੈ। ਉਹਦੇ ਵਿੱਚ ਇੱਕ ਮਤਲਬ ਕਿ ਹੁਣ ਸਮਾਜ ਵਿਗਿਆਨੀ ਦੇ, ਮੈਂ ਕੁਛ ਦਿਨ ਪਹਿਲਾਂ ਹੀ ਮਤਲਬ ਕਿ ਕਿਸੇ ਸਮਾਜ ਵਿਗਿਆਨੀ ਦੀ ਨਾਲ ਗੱਲ ਸੁਣ ਰਿਹਾ ਸੀਗਾ, ਉਹ ਕਹਿੰਦਾ ਸੀਗਾ ਕਿ ਪਹਿਲਾਂ ਜਿਹੜਾ ਇਹ ਵਕਫਾ ਸੀਗਾ, ਗੈਪ ਸੀਗਾ ਨਾ, ਇਹ ਆਪਾਂ ਮਤਲਬ ਕਿ ਇਹਨੂੰ ਮਤਲਬ ਕਿ 20-30 ਸਾਲ ਦਾ ਹੁੰਦਾ ਸੀਗਾ, 40 ਸਾਲ ਦਾ ਹੁੰਦਾ ਸੀਗਾ, ਇਹ ਹੌਲੀ ਹੌਲੀ ਘੱਟ ਗਿਆ। ਕਹਿੰਦਾ ਅੱਜ ਜੇ ਕਹਿੰਦਾ ਮੈਂ ਕਹਿਣਾ ਹੋਵੇ ਤਾਂ ਮੈਂ ਕਹਿ ਸਕਦਾ ਇਹ 5 ਸਾਲ ਦਾ ਫਰਕ ਹੈਗਾ। ਇਹ ਗੈਪ ਦਾ ਮਤਲਬ ਹੁੰਦਾ ਸੀ ਕਹਿੰਦਾ ਪੀੜ੍ਹੀ ਅੰਤਰ ਹੈਗਾ, ਪੀੜ੍ਹੀ ਕਦੋਂ ਬਦਲਦੀ ਹੈ, ਪੀੜ੍ਹੀ ਜਦੋਂ ਬਦਲਦੀ, ਇੱਕ ਬੱਚਾ ਨੌਜਵਾਨ ਹੋ ਗਿਆ, ਦੇਖੋ 16-17 ਸਾਲ ਦਾ ਬੱਚਾ ਨੌਜਵਾਨ ਹੁੰਦਾ, ਉਸ ਤੋਂ ਬਾਅਦ ਮਤਲਬ ਕਿ ਜਿਹੜਾ ਹੈਗਾ ਨਵਾਂ ਜਿਹੜਾ ਬੱਚਾ ਉਹ 16-17 ਦਾ ਆਪਾਂ ਇੱਕ ਨੌਜਵਾਨ ਹੈਗਾ, ਉਹਨੂੰ ਆਪਾਂ ਇੱਕ ਜ਼ਿੰਮੇਵਾਰੀ ਦਿੰਦੇ ਹਾਂ, ਉਹਨੂੰ ਵੱਖਰੀ ਸ਼ਖਸੀਅਤ ਬਣਦੇ ਹੈਗੇ ਹਾਂ। ਅਤੇ ਇਸ ਤਰੀਕੇ ਨਾਲ ਲਗਭਗ 20 ਸਾਲ ਲੱਗ ਜਾਂਦੇ ਸੀ ਪਹਿਲਾਂ, ਜਦੋਂ ਆਪਾਂ ਮਤਲਬ ਕਿ ਸੋਚਦੇ ਸੀ ਵੀ ਇਹ ਹੁਣ ਇੰਨੀ ਸੋਚ ਵਿੱਚ ਤਬਦੀਲੀ ਆ ਗਈ ਹੈ ਜਿਹੜੀ 20 ਸਾਲ ਪਹਿਲਾਂ ਸੀ, ਉਹਦੇ ਫਰਕ ਹੈਗਾ। ਹਾਂਜੀ। ਪਰ ਸਾਡੀ ਨਵੀਂ ਟੈਕਨੋਲੋਜੀ ਨੇ, ਜਿਹੜੀ ਨਵੀਂ ਤਕਨੀਕ ਆਈ ਹੈਗੀ ਹੈ, ਉਸ ਨੇ ਇਹ ਗੈਪ ਘੱਟ ਕਰਤਾ ਹੈਗਾ। ਤਾਂ ਇਹ ਜਿਹੜਾ ਤਕਨੀਕ ਹੈਗੀ ਹੈ, ਯਾਨੀ ਕਿ ਜੇ ਆਪਾਂ ਸਿੰਪਲ ਇੱਕੋ ਹੀ ਐਗਜ਼ਾਮਪਲ ਲਈ ਹੈਗੀ, ਜਿਹੜਾ ਮੋਬਾਈਲ ਹੈ ਜਾਂ ਟੈਲੀਵਿਜ਼ਨ ਹੈ, ਇਹਨਾਂ ਨੇ ਮਤਲਬ ਕਿ ਬੱਚਿਆਂ ਨੂੰ ਉਹ ਕੁਝ ਦਿਖਾਤਾ ਜੀ, ਉਹ ਕੁਝ ਸਮਝਾਤਾ ਜਿਹੜਾ ਕਿ ਅਸੀਂ ਆਪਣੀ ਉਮਰ ਦੇ ਵਿੱਚ 20-25 ਸਾਲ ਦੀ ਉਮਰ 'ਚ ਜਿਹੜਾ ਇਹਨਾਂ ਨੇ ਹੌਲੀ ਹੌਲੀ ਸਿੱਖਣਾ ਸੀਗਾ, ਜੋ ਅਸੀਂ ਚਲੋ ਆਪਣੇ ਨਾਲ ਕਈ ਆਪਣੇ ਨਾਲ ਕੰਪੇਅਰ ਕਰੀਏ ਵੀ ਮੈਂ ਉਹ ਜੋ 20 ਸਾਲ ਦੇ ਉੱਤੇ ਜੋ ਚੀਜ਼ਾਂ ਮੈਨੂੰ ਪਤਾ ਲੱਗੀਆਂ ਜਾਂ 15-16 ਸਾਲ 'ਤੇ ਜਦੋਂ ਮੈਂ ਮੈਡੀਕਲ ਕਾਲਜ ਵਿੱਚ ਦਾਖਲ ਹੋਇਆ, ਕਿਤਾਬਾਂ ਰਾਹੀਂ ਪਤਾ ਲੱਗੀਆਂ,
ਉਹ ਇਹਨਾਂ ਨੂੰ ਅੱਜ ਮਤਲਬ ਕਿ ਇੰਨੀ ਛੇਤੀ ਪਤਾ ਲੱਗ ਰਹੀਆਂ ਹੈਗੀਆਂ ਨੇ ਤੇ ਇਸ ਕਰਕੇ ਜੇ ਮੈਂ ਕਹਿੰਦਾ ਦੋ ਭਰਾ ਵੀ ਹੋਣ ਤੇ ਦੋਹਾਂ ਦਾ ਫਰਕ 5-6 ਸਾਲ ਦਾ ਹੋਵੇ ਤਾਂ ਵੱਡਾ ਭਰਾ ਛੋਟੇ ਭਰਾ ਨੂੰ ਕਹੂਗਾ ਤੈਨੂੰ ਕੁਝ ਨਹੀਂ ਪਤਾ ਹੈ ਨਾ ਤੈਨੂੰ ਕੁਝ ਨਹੀਂ ਪਤਾ ਹੈ ਨਾ ਉਹ ਸੋਚਦਾ ਕਿ ਮੈਨੂੰ ਬਹੁਤ ਜ਼ਿਆਦਾ ਪਤਾ ਹੈਗਾ ਤੇ ਇਹ ਇਸ ਕਰਕੇ ਉਹ ਗੈਪ ਹੁਣ ਇਸ ਤਰ੍ਹਾਂ ਦਾ ਘੱਟ ਗਿਆ ਹੈਗਾ ਤਾਂ ਉਸ ਗੈਪ ਦੇ ਘਟਣ ਦਾ ਤੁਸੀਂ ਦੇਖੋ ਵੀ ਜੇ ਦੋ ਭਰਾ ਜਿਹੜੇ ਹੈਗੇ ਨੇ ਜਿਹਨਾਂ ਦਾ 5-6 ਸਾਲ ਦਾ ਡਿਫਰੈਂਸ ਹੈਗਾ ਤੇ ਉਹਨਾਂ 'ਚ ਹੀ ਫਰਕ ਹੈਗਾ ਤਾਂ ਤੁਸੀਂ ਦੱਸੋ ਕਿ ਉਹਦੇ ਮਾਪੇ ਜਿਹੜੇ ਨੇ ਕੋਈ 30-35 ਸਾਲ ਦਾ ਜਾਂ 40 ਸਾਲ ਦਾ ਹੈਗਾ ਤਾਂ ਉਹਨਾਂ ਦੇ ਨਾਲ ਕਿੰਨਾ ਵੱਡਾ ਫਰਕ ਆਪੇ ਤੁਸੀਂ ਅੰਦਾਜ਼ਾ ਲਗਾ ਲਓ। ਇਹ ਫਰਕ ਜਿਹੜਾ ਹੈਗਾ ਤਕਨੀਕ ਦਾ ਹੈਗਾ ਮਤਲਬ ਹੈਗਾ ਨਾ ਜਿਹੜੀ ਤਕਨੀਕ ਨੇ ਮਤਲਬ ਕੀ ਹੈ ਅਤੇ ਬੱਚੇ ਜਿਹੜੇ ਮਾਪੇ ਬੱਚੇ ਜਿਹੜੇ ਨੇ ਉਹ ਮਾਂ ਪਿਓ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਕੁਛ ਨਹੀਂ ਪਤਾ, ਇਹਨਾਂ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੂੰ ਜੋ ਪਤਾ ਹੈਗਾ ਉਹ ਉਹਨਾਂ ਦੇ ਮਾਪਿਆਂ ਨੂੰ ਬਿਲਕੁਲ ਨਹੀਂ ਪਤਾ ਹੈਗਾ। ਇਹ ਪਤਾ ਹੋਣਾ ਕੀ ਹੈ ਇਹਨੂੰ ਮਤਲਬ ਨਾ ਦੇਖੋ ਦੋ ਇਸ ਸਮਝੇ ਸ਼ਬਦ ਨੇ, ਇੱਕ ਹੁੰਦੀ ਇਨਫੋਰਮੇਸ਼ਨ, ਇੱਕ ਹੁੰਦੀ ਨੌਲੇਜ। ਜੀ ਠੀਕ ਹੈ ਕਿ ਜਦੋਂ ਆਪਾਂ ਅਖਬਾਰ ਪੜ੍ਹਦੇ ਹਾਂ, ਟੀ ਵੀ ਦੇਖਦੇ ਹਾਂ, ਮੋਬਾਈਲ ਉੱਤੇ ਸਾਨੂੰ ਵਟਸਐਪ 'ਤੇ ਰੋਜ਼ ਹੀ ਕਿੰਨਾ ਕੁਛ ਆ ਰਿਹਾ ਹੈਗਾ, ਹਾਂਜੀ ਉਹ ਹੈਗੀ ਹੈ ਜਾਣਕਾਰੀ, ਉਹ ਹੈਗੀ ਇਨਫੋਰਮੇਸ਼ਨ। ਜੀ ਜੀ ਉਹ ਨੌਲੇਜ ਨਹੀਂ ਹੈਗੀ। ਹਾਂਜੀ ਨੌਲੇਜ ਹੁੰਦੀ ਹੈ ਜਦੋਂ ਤੁਸੀਂ ਉਸ ਵਰਤਾਰੇ ਦੇ ਜਿਹਦਾ ਤੁਹਾਨੂੰ ਪਤਾ ਹੈਗਾ ਉਹਦੀ ਤਹਿ ਤੱਕ ਜਾਂਦੇ ਹੈਗੇ, ਉਹ ਤਾਂ ਪਤਾ ਕਰਦੇ ਹੈਗੇ ਹੋ ਵੀ ਉਹ ਹੁਣ ਜਿਵੇਂ ਸਿੰਪਲ ਗੱਲ ਹੈਗੀ ਵੀ ਆਪਣੇ ਦੇਸ਼ ਦੀ ਆਬਾਦੀ 140 ਕਰੋੜ ਹੈਗੀ। ਜੀ ਜੀ ਆਪਾਂ ਕਹਾਂਗੇ ਜੀ ਬਹੁਤ ਜ਼ਿਆਦਾ ਆਬਾਦੀ ਹੈਗੀ, ਸਾਡਾ ਦੇਸ਼ ਜਿਹੜਾ ਹੈਗਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਮਤਲਬ ਕਿ ਰਫਤਾਰ ਦੇ ਨਾਲ ਸਾਡੀ ਆਬਾਦੀ ਵੱਧ ਰਹੀ ਹੈਗੀ ਹੈ, ਵਿਸਫੋਟ ਹੋ ਰਿਹਾ ਹੈਗਾ, ਅਸੀਂ ਇਸਤੇਮਾਲ ਕਰਦੇ ਹੈਗੇ। ਪਰ ਅਸਲ ਕਾਰਨ ਜੇ ਆਪਾਂ ਜਦੋਂ ਜਾਣਾਂਗੇ ਵੀ ਇਹ ਅਸਲ ਦੇ ਵਿੱਚ ਕਾਰਨ ਕਿੱਥੇ ਪਏ ਨੇ, ਕਿਉਂ ਸਾਡੀ ਆਬਾਦੀ ਵੱਧ ਹੈਗੀ ਹੈ, ਉਹਦੇ 'ਚ ਕਿਹੜੇ ਤਬਕੇ ਦੀ ਆਬਾਦੀ ਵੱਧ ਹੈਗੀ ਹੈ, ਅਨਪੜ੍ਹਾਂ ਦੀ ਆਬਾਦੀ ਵੱਧ ਹੈਗੀ ਹੈ, ਪੜ੍ਹੇ ਲਿਖਿਆਂ ਦੀ ਵੱਧ ਹੈਗੀ ਹੈ, ਜਾਂ ਉਹਦੇ ਵਿੱਚ ਜੇ ਆਪਾਂ ਧਰਮਾਂ ਦੀ ਗੱਲ ਕਰੀਏ, ਜਾਤਾਂ ਦੀ ਗੱਲ ਕਰੀਏ, ਪੇਂਡੂ ਅਤੇ ਸ਼ਹਿਰੂ ਦੀ ਗੱਲ ਕਰੀਏ, ਤਾਂ ਇਹ ਵਿਸਥਾਰ ਵਿੱਚ ਜਾਣਨਾ ਅਤੇ ਉਹਨਾਂ ਦੇ ਕਾਰਨ ਸਮਝਣਾ ਇਹ ਤੁਹਾਡੀ ਨੌਲੇਜ ਹੈਗੀ ਹੈ, ਇਹ ਤੁਹਾਡਾ ਗਿਆਨ ਹੈਗਾ। ਬੱਚਿਆਂ ਦੇ ਕੋਲੋਂ ਠੀਕ ਹੈ ਕਿ ਹੁਣ ਜਿਹੜੇ ਆਪਾਂ ਹੈਗੇ ਨੇ ਨੌਜਵਾਨ ਵੀ ਆਪਾਂ ਵਿੱਚ ਲਾ ਲਈਏ, ਉਹਨਾਂ ਦੇ ਕੋਲੋਂ ਸਿਰਫ ਜਾਣਕਾਰੀ ਹੈਗੀ ਹੈ, ਉਹਨਾਂ ਦੇ ਕੋਲ ਨੌਲੇਜ ਨਹੀਂ ਹੈਗੀ। ਇਹ ਟਕਰਾਅ ਜਿਹੜਾ ਹੈਗਾ ਜਾਣਕਾਰੀ ਅਤੇ ਨੌਲੇਜ ਦਾ ਹੈਗਾ। ਜੀ ਜਦੋਂ ਨੌਜਵਾਨ ਵੱਡਿਆਂ ਨੂੰ ਮਤਲਬ ਕਿ ਚੈਲੰਜ ਕਰਦੇ ਨੇ ਵੀ ਤੁਹਾਨੂੰ ਨਹੀਂ ਪਤਾ, ਤਾਂ ਇਹ ਉਹਨਾਂ ਦੀ ਉਸ ਮਤਲਬ ਕਿ ਨੌਲੇਜ ਨੂੰ ਮਤਲਬ ਕਿ ਨਹੀਂ ਕਰ ਰਹੇ ਹੁੰਦੇ ਚੈਲੰਜ, ਉਹਨਾਂ ਦੀ ਜਾਣਕਾਰੀ ਨੂੰ ਕਰ ਰਹੇ ਹੁੰਦੇ ਵੀ ਤੁਹਾਨੂੰ ਨਹੀਂ ਪਤਾ ਵੀ ਦੁਨੀਆ 'ਚ ਕੀ ਹੋ ਰਿਹਾ ਹੈਗਾ। ਜੀ ਹੈ ਨਾ, ਅਤੇ ਨੈਚੁਰਲੀ ਵੀ ਉਹ ਜੋ ਬੱਚਾ ਹੈਗਾ ਉਹ ਸਕੂਲ 'ਚ ਪੜ੍ਹ ਰਿਹਾ ਹੈਗਾ, ਉੱਥੇ ਵੀ ਜਿਹੜੀ ਨੌਲੇਜ ਪਹਿਲੇ ਦਿਨਾਂ 'ਤੇ ਮਿਲਦੀ ਹੈ, ਛੋਟੀ ਉਮਰ 'ਤੇ ਮਿਲਦੀ ਹੈ, ਉਹ ਗਿਆਨ ਨਹੀਂ ਹੈਗਾ, ਉਹ ਸਿਰਫ ਇਨਫੋਰਮੇਸ਼ਨ। ਆਪਾਂ ਕਹਿੰਦੇ ਹਾਂ ਵੀ ਜਿਹੜੀ ਜਨਰਲ ਨੌਲੇਜ ਦੀ ਕੁਸ਼ਚਨ ਹੈਗੇ ਨੇ, ਜਨਰਲ ਨੌਲੇਜ ਦੀ ਕਿਤਾਬ ਹੈਗੀ ਹੈ ਜਾਂ ਸਾਇੰਸ ਦੀਆਂ ਵੀ ਗੱਲਾਂ ਹੁੰਦੀਆਂ ਨੇ, ਹੈ ਨਾ, ਆਪਾਂ ਜੇ ਕਹੀਏ ਸਰੀਰ ਵਿੱਚ ਕਹੀ ਵੀ ਕਿੰਨੀਆਂ ਹੱਡੀਆਂ ਨੇ, ਹੈ ਨਾ, ਸਰੀਰ ਵਿੱਚ ਕਿੰਨੇ ਸਿਸਟਮ ਨੇ, 7 ਸਿਸਟਮ ਨੇ, 252 ਹੱਡੀਆਂ ਨੇ, ਆਹ ਜਿਹੜੀ ਹੈਗੀ ਇਹ ਇਨਫੋਰਮੇਸ਼ਨ ਹੈਗੀ ਹੈ, ਇਹ ਨੌਲੇਜ ਨਹੀਂ ਹੈਗੀ। ਤਾਂ ਇਹ ਜਿਹੜਾ ਡਿਫਰੈਂਸ ਹੈਗਾ ਇਹ ਸਾਡੀ ਤਕਨੀਕ ਨੇ ਵਧਾਇਆ ਹੈਗਾ, ਸਾਡੇ ਗਿਆਨ ਨੇ ਨਹੀਂ ਵਧਾਇਆ ਹੈਗਾ। ਜੀ ਪਹਿਲੀ ਗੱਲ ਤਾਂ ਇਹ ਹੈ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਬੱਚਿਆਂ ਦੀ ਅਤੇ ਮਾਪਿਆਂ ਦੀ, ਤਾਂ ਜੇਕਰ ਦੋਨਾਂ ਨੂੰ ਲੈ ਕੇ ਚੱਲੀਏ ਤਾਂ ਬੱਚੇ ਕੀ ਆਸ ਕਰਦੇ ਨੇ ਮਾਪਿਆਂ ਤੋਂ ਅਤੇ ਮਾਪੇ ਕੀ ਆਸ ਕਰਦੇ ਨੇ ਬੱਚਿਆਂ ਤੋਂ? ਦੇਖੋ ਜਿਹੜੇ ਬੱਚਿਆਂ ਦੇ ਮਾਪਿਆਂ ਤੋਂ ਆਸ ਕਰਨ ਦੀ ਆਪਸ ਦੇ ਵਿੱਚ ਸੰਬੰਧ ਹੈਗਾ ਨਾ, ਅਤੇ ਦੇਖੋ ਬੱਚਾ ਜਿਹੜਾ ਹੈਗਾ ਸਾਨੂੰ ਬੱਚੇ ਦੇ ਵਿਕਾਸ ਦਾ ਪਤਾ ਹੋਣਾ ਚਾਹੀਦਾ। ਤੁਸੀਂ ਸ਼ੁਰੂ 'ਚ ਕਿਹਾ ਕਿ ਬੱਚਾ ਜਿਹੜਾ ਹੈਗਾ ਉਹ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਕਿ ਉਹ ਜਨਮ ਦਿੱਤਾ ਉਹਦਾ ਉਹ ਪੈਦਾ ਹੁੰਦਾ ਹੈਗਾ, ਉਹ ਬੱਚਾ ਬੈਠ ਰਿਹਾ ਹੈਗਾ, ਫਿਰ ਖੜਾ ਹੋ ਰਿਹਾ ਹੈਗਾ, ਫਿਰ ਦੌੜ ਰਿਹਾ ਹੈਗਾ, ਇਹ ਉਹਦੇ ਵਿਕਾਸ ਪੜਾਅ ਨੇ, ਇਹ ਸਰੀਰਕ ਵਿਕਾਸ ਪੜਾਅ ਨੇ, ਹੈ ਨਾ, ਇੱਕ ਉਹਦੇ ਮਾਨਸਿਕ ਵਿਕਾਸ ਪੜਾਅ ਵੀ ਨੇ ਵੀ ਕਦੋਂ ਉਹ ਬੋਲਣਾ ਸ਼ੁਰੂ ਕਰਦਾ ਹੈਗਾ, ਕੀ ਅਕਸ਼ਰ ਬੋਲਦਾ ਹੈਗਾ, ਕਿਵੇਂ ਬੱਚੇ ਮਤਲਬ ਕਿ ਆਪਣੇ ਆਲੇ ਦੁਆਲੇ ਤੋਂ ਦੇਖ ਕੇ ਚੀਜ਼ਾਂ ਸਿੱਖ ਰਿਹਾ ਹੁੰਦਾ। ਇਹ ਨਹੀਂ ਹੁੰਦਾ ਕਿ ਬੱਚੇ ਨੂੰ ਬਿਠਾ ਕੇ ਕਹਿਣਾ ਹੁੰਦਾ ਵੀ ਤੂੰ ਮੇਰੀ ਮਤਲਬ ਕਿ ਇੱਜ਼ਤ ਕਰਿਆ ਕਰ ਵੱਡਿਆਂ ਦੀ, ਆਪਾਂ ਜ਼ਰੂਰ ਕਹਿ ਕੁ ਦਿੰਦੇ ਹੈਗੇ ਹਾਂ, ਪਰ ਉਹ ਨਾਲ ਨਾਲ ਦੇਖ ਵੀ ਰਹੇ ਹੁੰਦੇ ਨੇ। ਜਿਵੇਂ ਆਪਾਂ ਮਤਲਬ ਕਿ ਆਮ ਤੌਰ 'ਤੇ ਹੈਗਾ ਅੱਜ ਕੱਲ੍ਹ ਦੇ ਜਿਵੇਂ ਪਰਿਵਾਰਾਂ ਦੇ ਵਿੱਚ, ਜੇ ਉਹ ਕਹੇ ਕਿ ਵੱਡਿਆਂ ਦੀ ਇੱਜ਼ਤ ਕਰਿਆ ਕਰ, ਉਹ ਦੇਖਦਾ ਹੈਗਾ ਕਿ ਵੀ ਮੇਰੇ ਫਾਦਰ ਤਾਂ ਮੇਰੇ ਦਾਦੇ ਨਾਲ ਮਤਲਬ ਕਿ ਬੜੇ ਮਤਲਬ ਕਿ ਰੁੱਖੇ ਤਰੀਕੇ ਨਾਲ ਗੱਲ ਕਰਦੇ ਨੇ, ਦਾਦੀ ਕੁਛ ਮੰਗਦੀ ਹੈ ਤਾਂ ਉਹਨੂੰ ਖਾਣ ਨੂੰ ਨਹੀਂ ਦਿੰਦੇ, ਦਵਾਈ ਮੰਗਦੀ ਹੈ ਦਵਾਈ ਨਹੀਂ ਲਿਆ ਕੇ ਦਿੰਦੇ, ਤਾਂ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੇਖ ਰਿਹਾ ਹੁੰਦਾ ਹੈਗਾ। ਯਾਨੀ ਕਹਿਣ ਦਾ ਮਤਲਬ ਬੱਚੇ ਦੇ ਮਨ 'ਤੇ ਕੀ ਅਸਰ ਪੈਣਾ ਹੈਗਾ ਇਹ ਸਾਨੂੰ ਮਤਲਬ ਕਿ ਪਤਾ ਹੋਣਾ ਚਾਹੀਦਾ ਹੈਗਾ। ਮੇਰੀ ਇੱਕ ਕਿਤਾਬ ਹੈਗੀ ਬੱਚੇ ਨੂੰ ਬੱਚਾ ਨਾ ਸਮਝੋ, ਉਹਦਾ ਮਤਲਬ ਸਿੰਪਲ ਇਹ ਹੈਗਾ ਕਿ ਬੱਚਾ ਜਿਹੜਾ ਨਾ ਹਰ ਪੜਾਅ 'ਤੇ, ਚਾਹੇ ਉਹ 2 ਸਾਲ ਦਾ ਹੈ, ਚਾਹੇ 5 ਸਾਲ ਦਾ, ਚਾਹੇ ਉਹ 7 ਸਾਲ ਦਾ ਹੈਗਾ, ਜਿੰਨੀ ਕੁ ਉਸ ਉਮਰ 'ਤੇ ਉਹਦਾ ਵਿਕਾਸ ਹੋਇਆ ਹੈਗਾ ਉਸ ਮੁਤਾਬਕ ਉਹ ਬੱਚਾ ਨਹੀਂ ਹੁੰਦਾ। ਉਹਨੂੰ ਸਮਝ ਆ ਰਹੀ ਹੁੰਦੀ ਹੈ ਕਿ ਵੀ ਮੈਂ ਕੀ ਦੇਖ ਰਿਹਾ ਅਤੇ ਮੈਂ ਕੀ ਕਰ ਰਿਹਾ। ਅਸੀਂ ਉਦੋਂ ਤੋਂ ਜਿਹੜੀਆਂ ਚੀਜ਼ਾਂ ਆਸ ਕਰਦੇ ਹੈਗੇ ਹਾਂ ਵੀ ਮੈਂ ਅਕਸਰ ਕਹਿੰਦਾ ਵੀ ਤੁਸੀਂ ਬੱਚੇ ਤੋਂ ਆਸ ਕਰਦੇ ਹੋ ਕਿ ਮਤਲਬ ਕਿ ਬੱਚਾ ਆਪਣਾ ਰਿਸਪੈਕਟ ਕਰੇ, ਮੌਜੂਦਾ ਤਾਂ ਅੱਜ ਕੱਲ੍ਹ ਦੇ ਲੋਕਾਂ ਤੋਂ ਫਿਰ ਵੀ ਰਿਸਪੈਕਟ ਨਹੀਂ ਕਰਦੇ। ਹਾਂਜੀ ਹਾਂਜੀ, ਰਿਸਪੈਕਟ ਜਿਹੜੀ ਹੈਗੀ ਹੈ ਨਾ, ਆਪਾਂ ਇਹ ਵੀ ਕਹਿੰਦੇ ਹੈਗੇ ਰਿਸਪੈਕਟ ਕਦੇ ਕਿਸੇ ਤੋਂ ਮੰਗੀ ਨਹੀਂ ਜਾ ਸਕਦੀ। ਰਿਸਪੈਕਟ ਜਿਹੜੀ ਹੈਗੀ ਹੈ ਤੁਹਾਨੂੰ ਆਪ ਉਹ
ਅਰਨ ਕਰਨੀ ਪੈਂਦੀ ਹੈਗੀ ਹੈ ਤੁਹਾਨੂੰ ਮਤਲਬ ਕਿ ਅਰਨ ਕਰਨੀ ਪੈਂਦੀ ਹੈਗੀ ਹੈ ਅਤੇ ਮਤਲਬ ਕਿ ਆਪ ਕਰਵਾਉਣੀ ਪੈਂਦੀ ਹੈਗੀ ਹੈ ਉਹ ਕੀਤੀ ਨਹੀਂ ਜਾਂਦੀ ਮੰਗਿਆ ਨਹੀਂ ਮਿਲਦੀ ਉਹੀ ਮੈਂ ਕਹਿੰਦਾ ਜੇ ਵੱਡਿਆਂ ਦੀ ਮਤਲਬ ਕਿ ਆਪਣੇ ਦੇਖਦੇ ਆ ਕਿ ਮੇਰੇ ਮਾਪੇ ਜਿਹੜੇ ਨੇ ਉਹ ਕਿਵੇਂ ਵਿਵਹਾਰ ਕਰਦੇ ਨੇ ਕਿਵੇਂ ਬੋਲਦੇ ਨੇ ਤਾਂ ਉਸ ਤਰੀਕੇ ਨਾਲ ਉਹਦੀ ਮਤਲਬ ਕਿ ਉਸ ਤਰ੍ਹਾਂ ਦੀ ਉਹਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਇਹ ਇਸ ਕਰਕੇ ਇਹ ਸਾਰੇ ਜਿਹੜੇ ਪੜਾਅ ਨੇ ਮਤਲਬ ਕਿ ਉਹਦੇ ਵਿਕਾਸ ਦੇ ਉਹ ਸਮਝਣੇ ਜ਼ਰੂਰੀ ਹੈਗੇ ਨੇ ਵੀ ਕਦੋਂ ਬੱਚਾ 4 ਸਾਲ ਦਾ ਕੀ ਸੋਚਦਾ 5 ਸਾਲ ਦਾ ਕੀ ਸੋਚ ਰਿਹਾ ਬਾਲ ਮਨੋਵਿਗਿਆਨ ਦੇ ਵਿੱਚ ਵੀ ਤਰੱਕੀ ਹੋਈ ਹੈਗੀ ਹੈ ਅਤੇ ਸਾਨੂੰ ਮਾਪਿਆਂ ਨੂੰ ਮਤਲਬ ਕਿ ਬੱਚਿਆਂ ਦੇ ਮਨੋਵਿਗਿਆਨ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਕਿਸ ਪੜਾਅ 'ਤੇ ਉਹਨੂੰ ਕੀ ਜ਼ਰੂਰਤ ਹੈਗੀ ਹੈ ਅਤੇ ਸਾਨੂੰ ਉਹਨਾਂ ਤੋਂ ਕੀ ਆਸ ਕਰਨੀ ਚਾਹੀਦੀ ਹੈ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਵੀ ਜਿਹੜੇ ਮਾਪੇ ਹੈਗੇ ਨੇ ਉਹ ਚਾਹੁੰਦੇ ਨੇ ਕਿ ਵੀ ਬੱਚਿਆਂ ਦੀ ਸਾਡੀ ਇੱਜ਼ਤ ਕਰਨ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ ਕਿ ਇੱਕ ਤੁਹਾਡਾ ਮੋਬਾਈਲ ਹੈਗਾ ਅਤੇ ਮੋਬਾਈਲ ਦੇ ਵਿੱਚ ਮਤਲਬ ਕਿ ਤੁਸੀਂ ਮਤਲਬ ਕਿ ਕਿਸੇ ਨੂੰ ਕਹੋ ਵੀ ਕਹਿੰਦੇ ਸੀ ਯਾਰ ਫਲਾਣਾ ਨਾਮ ਕੱਢੀ ਮੈਂ ਇਹਨੂੰ ਫੋਨ ਕਰਨਾ ਹੈਗਾ ਉਹ ਉਹਨੂੰ ਉਹ ਕਰੀ ਜਾਂਦਾ ਹੈਗਾ ਅਤੇ ਉਹਦੇ 'ਚੋਂ ਨਿਕਲਦਾ ਨਹੀਂ ਅਤੇ ਉਹ ਕਹਿੰਦਾ ਵੀ ਇਹਦੇ 'ਚ ਹੈ ਨਹੀਂ ਕਿਉਂਕਿ ਫਿਰ ਬਿਆਨ ਕਰਦਾ ਉਹ ਇਹਦਾ ਤਾਂ ਨਾਮ ਮੈਂ ਕਦੇ ਫੀਡ ਹੀ ਨਹੀਂ ਕੀਤਾ ਇਹ ਤਾਂ ਪਹਿਲੀ ਵਾਰੀ ਮੈਨੂੰ ਮਤਲਬ ਕਿ ਇਸ ਬੰਦੇ ਦਾ ਨਾਮ ਯਾਦ ਆਇਆ ਅਤੇ ਮੈਨੂੰ ਚੇਤਾ ਆਇਆ ਕਿ ਇਹਦਾ ਗੱਲ ਕਰਨੀ ਹੈ ਕਹਿਣ ਦਾ ਮਤਲਬ ਜਿਹੜੀ ਚੀਜ਼ ਤੁਸੀਂ ਫੀਡ ਨਹੀਂ ਕੀਤੀ ਉਹਦੀ ਆਸ ਤੁਸੀਂ ਕਰ ਨਹੀਂ ਸਕਦੇ ਉਹ ਹੋਣੀ ਹੋਈ ਨਹੀਂ ਤੁਸੀਂ ਬੱਚਿਆਂ ਦੇ ਮਨ ਦੇ 'ਚ ਜਿਹੜੀ ਇੱਜ਼ਤ ਕਰਨੀ ਫੀਡ ਨਹੀਂ ਕੀਤੀ ਹੈ ਨਾ ਉਹ ਫੀਡ ਕਿਵੇਂ ਹੋਣੀ ਹੈ ਵੀ ਤੁਸੀਂ ਘਰ ਦਾ ਇਹੋ ਜਿਹਾ ਮਾਹੌਲ ਪੜਾਓ ਕਿ ਬੱਚਾ ਆਪੇ ਉਸ ਤੋਂ ਸਿੱਖੇ ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਅਸੀਂ ਜੋ ਬੱਚੇ ਤੋਂ ਆਸ ਕਰਦੇ ਹਾਂ ਪਹਿਲਾਂ ਸਾਨੂੰ ਉਸ ਤਰ੍ਹਾਂ ਦੇ ਕਿਰਦਾਰ ਦੇ ਵਿੱਚ ਜਾਣ ਦੀ ਲੋੜ ਹੈਗੀ ਹੈ ਬੱਚੇ ਜੋ ਆਸ ਕਰਦੇ ਹੈਗੇ ਨੇ ਬੱਚੇ ਦੇਖੋ ਹਰੇਕ ਬੈਦਸ ਵੀ ਬੱਚਾ ਬੱਚਾ ਨਹੀਂ ਹੁੰਦਾ ਮੈਂ ਗੱਲ ਕੀਤੀ ਉਹਦਾ ਮਤਲਬ ਹੈਗਾ ਉਹ ਦੇਖਦੇ ਨੇ ਕਿ ਵੀ ਮਤਲਬ ਕਿ ਜਮਾਂ ਆਪਾਂ ਕਹਿੰਦੇ ਕਿ ਇਹ ਤੁਸੀਂ ਸਾਡੀ ਇੱਜ਼ਤ ਕਰੋ ਬੱਚਾ ਵੀ ਚਾਹੁੰਦਾ ਹੈ ਕਿ ਮੇਰੀ ਵੀ ਇੱਜ਼ਤ ਕੀਤੀ ਜਾਵੇ ਉਹ ਚਲੋ ਇਹ ਗੱਲ ਹੈਗੀ ਹੈ ਮੈਂ ਬੱਚਿਆਂ ਨਾਲ ਗੱਲ ਕਰਦਾ ਰਹਿੰਦਾ ਅਕਸਰ ਅਤੇ ਮੈਂ ਬੱਚਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਨੇ ਵੀ ਸਾਡੇ ਮਾਪੇ ਨੇ ਸਾਨੂੰ ਝਿੜਕ ਸਕਦੇ ਨੇ ਸਾਨੂੰ ਥੱਪੜ ਮਾਰ ਸਕਦੇ ਨੇ ਸਾਨੂੰ ਮਤਲਬ ਕਿ ਉੱਚੀ ਬੋਲ ਸਕਦੇ ਨੇ ਹੈ ਨਾ ਕਿਉਂਕਿ ਉਹ ਸਾਡਾ ਮਤਲਬ ਕਿ ਸਾਡਾ ਘਰ ਸਕੂਲ ਦੀ ਫੀਸ ਭਰ ਰਹੇ ਨੇ ਸਾਨੂੰ ਹੋਰ ਸਮਾਨ ਲੈ ਕੇ ਦੇ ਰਹੇ ਨੇ ਉਹ ਸਾਡੇ ਮਾਪੇ ਨੇ ਉਹਨਾਂ ਨੂੰ ਹੱਕ ਹੈ ਪਰ ਜਦੋਂ ਉਹ ਦੂਜਿਆਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰਦੇ ਹੈਗੇ ਨੇ ਨਾ ਇਹ ਸਾਨੂੰ ਮਤਲਬ ਕਿ ਚੰਗਾ ਨਹੀਂ ਲੱਗਦਾ ਸਾਨੂੰ ਬੜਾ ਬੁਰਾ ਲੱਗਦਾ ਹੈਗਾ ਕਹਿਣ ਦਾ ਮਤਲਬ ਉਹਨਾਂ ਦੀ ਵੀ ਇੱਕ ਇੱਜ਼ਤ ਹੈਗੀ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈਗੀ ਆਪਾਂ ਇਹ ਸੋਚੀਏ ਇਹ ਬੱਚਾ ਹੈਗਾ ਤਾਂ ਇਹਦੀ ਕੋਈ ਇੱਜ਼ਤ ਨਹੀਂ ਹੈਗੀ ਹੁਣ ਸਾਡੇ ਸਮਾਜ ਦੇ ਵਿੱਚ ਤਾਂ ਅਸੀਂ ਤਾਂ ਮਤਲਬ ਕਿ ਉਸ ਤੋਂ ਹੀ ਇੱਕ ਬਣਾਇਆ ਹੋਇਆ ਇਹ ਛੋਟਾ ਬੰਦਾ ਹੈ ਵੱਡਾ ਬੰਦਾ ਹੈ ਛੋਟਾ ਬੰਦਾ ਵੱਡੇ ਬੰਦੇ ਦੀ ਇੱਜ਼ਤ ਨਹੀਂ ਕਰੂਗਾ ਅਤੇ ਇੱਜ਼ਤ ਆਪਸ ਵਿੱਚ ਇੱਕ ਦੂਜੇ ਦੀ ਹੁੰਦੀ ਹੈਗੀ ਹੈ ਆਪਾਂ ਕਹਿੰਦੇ ਜੇ ਹੁਣ ਵਿਭਾਗ ਦੇ ਵਿੱਚ ਕਲਾਸ 4 ਹੈਗਾ ਜਾਂ ਕੋਈ ਸਵੀਪਰ ਹੈਗਾ ਸਫਾਈ ਸੇਵਕ ਹੈਗਾ ਅਸੀਂ ਸੋਚੀ ਵੀ ਸਫਾਈ ਸੇਵਕ ਹੈਗਾ ਅਤੇ ਅਸੀਂ ਜਿਵੇਂ ਮਰਜ਼ੀ ਬੇਇੱਜ਼ਤੀ ਕਰ ਦਈਏ ਇਹ ਇਸ ਤਰ੍ਹਾਂ ਨਹੀਂ ਹੁੰਦਾ ਸਮਾਜ ਦੇ ਵਿੱਚ ਇਹ ਜਿਹੜੀ ਹੈਗੀ ਹੈ ਖਾਸ ਤੌਰ 'ਤੇ ਇੱਜ਼ਤ ਜਿਹੜੀ ਹੈਗੀ ਹੈ ਉਹ ਹਰੇਕ ਦੀ ਹੈਗੀ ਹਰੇਕ ਸੱਚ ਦੀ ਆਪਣੀ ਇੱਕ ਬਿਲਕੁਲ ਇੱਕ ਹਸਤੀ ਹੈਗੀ ਹੈ ਦੇਖੋ ਉਹ ਬੰਦਾ ਜਿਹੜਾ ਹੈਗਾ ਘਰ ਦੇ 'ਚ ਜਾਂਦਾ ਹੈਗਾ ਉਹ ਘਰੇ ਪਿਓ ਵੀ ਹੈਗਾ ਤੁਹਾਡਾ ਭਾਵੇਂ ਉਹ ਸਫਾਈ ਸੇਵਕ ਹੈ ਜਾਂ ਕਲਾਸ ਹੈ ਉਹ ਘਰੇ ਜਾਂਦਾ ਹੈਗਾ ਘਰੇ ਉਹਦੀ ਇੱਜ਼ਤ ਹੁੰਦੀ ਹੈ ਵੱਡਾ ਭਰਾ ਹੈਗਾ ਕਿਸੇ ਦਾ ਪਿਓ ਹੈਗਾ ਹੈ ਅਤੇ ਇਸ ਤਰੀਕੇ ਨਾਲ ਕਿਸੇ ਦਾ ਸਾਰੇ ਜਣੇ ਉਹਨੂੰ ਜਦੋਂ ਆਪਣੇ ਉੱਥੇ ਜਾਂਦਾ ਉਸ ਤੋਂ ਵੱਖਰੀ ਇੱਜ਼ਤ ਮਿਲਦੀ ਹੈ ਅਤੇ ਉਹ ਦੇਖਦਾ ਕਿ ਜਦੋਂ ਮੈਂ ਡਿਪਾਰਟਮੈਂਟ ਆਉਂਦਾ ਜਾਂ ਮੈਂ ਆਪਣੇ ਕੰਮ 'ਤੇ ਆਉਂਦਾ ਤਾਂ ਮੇਰੀ ਉਹ ਇੱਜ਼ਤ ਨਹੀਂ ਹੁੰਦੀ ਜੇ ਘਰ ਦੇ ਸਾਡੇ ਕਲਾਸ ਆਪਣੇ ਆਉਂਦੇ ਹੈਗੇ ਨੇ ਮਜ਼ਦੂਰ ਆਉਂਦੇ ਹੈਗੇ ਨੇ ਕੰਮ ਕਰਾਈਦਾ ਹੈਗਾ ਸੜਕਾਂ 'ਤੇ ਕੰਮ ਕਰਦੇ ਹੈਗੇ ਨੇ ਯਾਨੀ ਕਹਿਣ ਦਾ ਮਤਲਬ ਸਮਾਜ ਦੇ ਵਿੱਚ ਅਤੇ ਇਹ ਜਿਹੜੀ ਗੱਲ ਹੈਗੀ ਸਾਡੇ ਉਸ ਤਰ੍ਹਾਂ ਦਾ ਪਰਿਵਾਰ ਤੋਂ ਜਾਊਗੀ ਤਾਂ ਬਹੁਤ ਵਧੀਆ ਗੱਲ ਹੋਊਗੀ ਅਤੇ ਪਰਿਵਾਰ ਦੇ ਵਿੱਚ ਵੀ ਵੱਡਾ ਇਹ ਨਾ ਸੋਚੇ ਕਿ ਮਤਲਬ ਕਿ ਛੋਟੇ ਦੀ ਇੱਜ਼ਤ ਨਹੀਂ ਕਰਨੀ ਅਤੇ ਵੱਡੇ ਦੀ ਇੱਜ਼ਤ ਨਹੀਂ ਕਰਨੀ ਇੱਕ ਚੀਜ਼ ਹੋਰ ਮਤਲਬ ਕਿ ਜਿਹਨੂੰ ਮੈਨੂੰ ਬੱਚਿਆਂ ਨੇ ਦੱਸੀ ਵੀ ਅਸੀਂ ਮਤਲਬ ਕਿ ਜਿਹੜਾ ਹੈਗਾ ਨਾ ਮਾਪਿਆਂ ਦੇ ਨਾਲ ਕੋਈ ਗੱਲ ਕਰੀਏ ਮੈਂ ਕਹਾਂਗੀ ਇਹ ਗੱਲ ਥੋੜ੍ਹੀ ਠੀਕ ਨਹੀਂ ਹੈ ਕਿਉਂਕਿ ਠੀਕ ਹੈ ਕਿ ਬੱਚੇ ਮਤਲਬ ਕਿ ਅਸੀਂ ਮੰਨ ਲਓ ਕਿ ਜੇ ਮਾਂ ਪਿਓ ਨਹੀਂ ਪੜ੍ਹੇ ਜਾਂ ਘੱਟ ਪੜ੍ਹੇ ਨੇ ਬੱਚੇ ਨੂੰ ਤੁਸੀਂ ਸਕੂਲ ਭੇਜਤਾ ਕਾਲਜ ਭੇਜਤਾ ਉਹ ਉੱਥੇ ਜਾ ਕੇ ਮਤਲਬ ਕਿ ਨਾ ਨਵੀਆਂ ਚੀਜ਼ਾਂ ਸਿੱਖ ਰਿਹਾ ਹੈਗਾ ਉਹ ਘਰੇ ਆ ਕੇ ਮਾਂ ਪਿਓ ਦੀ ਕਿਸੇ ਗੱਲ ਨੂੰ ਕੱਟ ਵੀ ਸਕਦਾ ਹੈਗਾ ਬਿਲਕੁਲ ਉਹ ਕਹਿੰਦੇ ਵੀ ਜੇ ਅਸੀਂ ਕਹੀਏ ਵੀ ਇਹ ਤੁਹਾਡੀ ਗੱਲ ਠੀਕ ਨਹੀਂ ਹੈਗੀ ਹੈ ਤਾਂ ਉਹ ਬੰਦੇ ਦੀ ਉਹ ਸੋਚਦੇ ਨੇ ਸਾਡੀ ਬੇਇੱਜ਼ਤੀ ਕਰਦਾ ਹੈਗਾ ਵੀ ਤੂੰ ਤਾਂ ਮੇਰੀ ਬੇਇੱਜ਼ਤੀ ਕਰਦਾ ਹੈਗਾ ਕਹਿੰਦਾ ਕਿ ਗਲਤ ਕੋਈ ਵੀ ਹੋ ਸਕਦਾ ਠੀਕ ਕੋਈ ਵੀ ਹੋ ਸਕਦਾ ਹੈਗਾ ਗਲਤ ਠੀਕ ਦਾ ਫੈਸਲਾ ਜਿਹੜਾ ਹੈਗਾ ਆਪਸ ਵਿੱਚ ਬੈਠ ਕੇ ਡਿਸਕਸ ਕਰਨਾ ਹੋਣਾ ਚਾਹੀਦਾ ਹੈ ਵੀ ਮੈਂ ਦੱਸ ਰਿਹਾ ਵੀ ਮੈਂ ਇਹ ਗੱਲ ਇਹ ਕਹਿ ਰਿਹਾ ਮੈਂ ਤਾਂ ਇਹ ਗੱਲ ਕਿਉਂ ਕਹਿ ਰਿਹਾ ਹੈ ਨਾ ਤਾਂ ਉਹ ਉਸ ਉਹਨਾਂ ਨੂੰ ਤਿਆਰ ਨਹੀਂ ਹੈਗੇ ਯਾਨੀ ਕਹਿੰਦਾ ਮਤਲਬ ਉਹ ਉਹਨਾਂ ਦੀ ਜਿਹੜੀ ਨੌਲੇਜ ਹੈਗੀ ਹੈ ਉਹ ਬੱਚੇ ਸੋ ਇਹ ਵੀ ਕਿਹਾ ਕਿ ਵੱਡੇ ਵੀ ਗਲਤ ਹੋ ਸਕਦੇ ਨੇ ਛੋਟੇ ਵੀ ਗਲਤ ਹੋ ਸਕਦੇ ਨੇ ਵੱਡੇ ਵੀ ਠੀਕ ਹੋ ਸਕਦੇ ਨੇ ਛੋਟੇ ਵੀ ਠੀਕ ਹੋ ਸਕਦੇ ਨੇ ਇੱਥੇ ਕੋਈ ਵੱਡੇ ਛੋਟੇ ਦਾ ਸਵਾਲ ਨਹੀਂ ਹੈਗਾ ਜਦੋਂ ਆਪਸ ਦੇ ਵਿੱਚ ਅਸੀਂ ਬਹਿਸ ਕਰਨੀ ਹੈ ਜਾਂ ਚਰਚਾ ਕਰਨੀ ਹੈਗੀ ਹੈ ਤਾਂ ਉੱਥੇ ਮਤਲਬ ਕਿ ਉਹਨਾਂ ਨੂੰ ਇਸ ਗੱਲ ਦੀ ਮੈਂ ਤਾਂ ਇਹ ਗੱਲ ਵੀ ਅਕਸਰ ਕਹਿੰਦਾ ਵੀ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੂੰ ਬੜਾ ਵੱਡਾ ਅਸੀਂ ਟੋਂਟ ਕਰਦੇ ਹੈਗੇ ਹਾਂ ਮਾਂ ਪਿਓ ਬੱਚਿਆਂ ਨੂੰ ਤੂੰ ਬੜਾ ਸਿਆਣਾ ਹੋ ਗਿਆ ਵੀ ਜੇ ਤੁਹਾਡਾ ਬੱਚਾ ਸਿਆਣਾ ਹੋ ਗਿਆ ਤੁਹਾਨੂੰ ਖੁਸ਼ ਹੋਣਾ ਚਾਹੀਦਾ ਵੀ ਬੱਚਾ ਮੇਰਾ ਹੁਣ ਵੀ ਮੇਰੇ ਤੋਂ ਅੱਗੇ ਨਿਕਲ ਗਿਆ ਜਾਂ ਮੇਰੇ ਤੋਂ ਵੱਧ ਸਿਆਣਾ ਹੋ ਗਿਆ ਹੈ ਨਾ ਅਸੀਂ ਤਾਂ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਡੇ ਬੱਚੇ ਅੱਗੇ ਨਿਕਲਣ ਅੱਗੇ ਨਿਕਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਧ ਪੈਸੇ ਕਮਾਉਣ ਲੱਗ ਪਏ ਵਧੀਆ ਪੁਜੀਸ਼ਨ ਮਿਲ ਗਈ
कितने जाइए आम ही घर गल हूँ जी अपने घर तो किसी होर के घर भी गए किसी रिश्तेदारी गए हाँ तो असं बच्चों की तुलना कर लग जाने कि वेख ला तू आखे नहीं लगता वो वेख कि आखे लगता वा उस वेले आ काम करता जा करता इस तरह की तुलना जी कि प्रभाव पाँदी है बच्चों के मन पर। देखो एक तो क्या कि भी तुम किसी घर जाते हो तो देख के कहते हो तो एक चलो वैसे तो आप कही व्यवहार जो है भी जो तो कोई मेहमान आता है तो उदो चलो भावे बच्चा जिन्ना मर्जी शरारती भी हो गया कुछ भी होनू भी पता होंगे कि भी मैं हूँ दो घंटे घंटा मतलब कि जो है आराम न बहना है। सवाल बच्चों की गल य मतलब मेरी बच्चों तो हैगी कि तुम जो बच्चों की तुलना जी है घर बैठे हरेक पढ़ा ते करते हैं बच्चा मार्कशीट लैके आया एग्जाम लैके आया तुम करके आया खेडा चो मतलब कि आया उनकी कड़ी पोजिशन है पहला अच्छी पूछो कि पोजिशन है की हैगा तो उसी फिर लग पाते देख तेरी भूआ का मुंडा तेरा फलाना ही है वो हाँ। इतों तक भी वो तो चलो एक बाहर के रिश्तेदार ने हाँ जी वड्डा भरा छोटे भरा से भी उन्होंने बच्चों इतराज होंगे कि वड्डे भरा तेरा देख कि वधिया नंबर लैके आता है तो तू मतलब कि बच्चों ने यह कहा कि हरेक का अपना अपना इंट्रस्ट होंगे कोई कहता पढ़ाई के वधिया होंगे कोई खेडों वधिया होंगे कोई म्यूजिक वधिया होंगे कोई डांस वधिया होंगे हरेक की अपनी अपनी एक खासियत एक हुनर होंगे है इस करके कंपेयर करना बनता ही नहीं है कंपेयर करना बिल्कुल गलत है यानी कि अपने भरावान भी वो मतलब कि तुलना कर मतलब जी है वो बुरा समझते हैं जी 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 डॉक्टर साहब बच्चों के उत्ते कई बार होंगे वा कि असी भरोसा भी नहीं करते कई बार मापे भी जड़े आ भी नहीं भरोसा करते बच्चों के उत्ते ये कि असर जी चीज़ पाँदी है कि असी बच्चों के उत्ते जेकर भरोसा करा तो उन्होंने जी उन्होंने ही जड़ा एक आस बजेगी कि हाँ मैं ठीक हाँ अपनी जगह के उत्ते आ गल मैं कर रहा तो मेरी ठीक है गल तो उन्होंने भी जड़ा विकास एक इस तरीके होगा नहीं भरोसे जिस गल है देखो गल जी चीज़ हम माँ प्यो की जी भूमिका हैगी है असी भरोसा इस करके नहीं करती क्योंकि साढ़े सामने एक पूरे समाज की तस्वीर हाँ है सानू लगता है कि भी सारा जरा नौजवान वर्ग है इस वे खास बजे उस उम्र की गल करिए क्योंकि छोटे बच्चे का चलो वक्री गल है मतलब कि जो बच्चा मतलब कि प्राइमरी स्कूल तो बाहर निकल गया तो उन्होंने वास्ते हो गया भी हमने थोड़ा जहा बड़ा हो गया है ना फिर असं उदो कहने ठीक है कि बच्चे उस उम्र से आके दूजे बच्चे दबाव हेठ आ गए कुछ झूठ बोलना भी मतलब कि हाँ जी शुरू कर देंगे दे क्योंकि जो मैं कहना बच्चा झूठ उदो बोलता है जो उन्होंने लगता है कि मैं घरें जाके सच नहीं दस सकता जो सच दसता उन्होंने पता हो कि मैं बोलूँगा तो मेरे घर दे मेरी इस सच न मनणगे तो इस सच कह के मेरे को डांट नहीं पेगी जे मान लो कि किसी बच्चे ने स्कूलों दूजे ने दबाव हटा के छुट्टी कर ली तो घूमन चले गए या फिल्म देखने चल गए सिनेमा के चल गए तो आके तो बच्चों के मापियां को पता लग गया भी अज इस तरह करके आए ने तो वह आके जो पूछे मतलब तू गया सीगा तो वह झूठ बोलूगा तो उन्होंने पता है कि हुणे थप्पड़ पऊगा जो उन्होंने पता हो कि मैं मतलब कि दस दूंगा कि भी अज इस तरह हो गया तो मैनू पापा जाना पिया उन्होंने ना बड़ा दबाव हेठ तो मैं थोड़ू आके दसना चाहता सी उदो उदो नहीं दस सकिया तो हम मैं थोड़ा दसदा हाँ जी है ना वो यदा एक माहौल बनाना पैदा है विश्वास का एक माहौल बनाना पैदा है भी तुसी उन्होंने पता हो भी मैं मतलब कि घरे दसूँगा तो मेरी गल मतलब कि उत्थे सहज तरीके लिया जाऊगा खास तौर पर जेडे नशे ने उनके वास्ते ये गल खास तौर पर उभार के कही गई हैगी है कि बच्चे जदों दबाए चाके सिगरेट या शराब कते मतलब कि उन्होंने दबाए चाके खास तौर पर यह मनिया जाता भी नशे जोड़े ने शुरू ही पीयर प्रैशर नाल होंगे हाँ जो एक दोस्त लगा रहा है सिगरेट पी लेगा आसान है एक सूटा तू ला ला यार एक की फर्क पैंता है तो वह बंदा ला लैंदा है या उसे चेडा करते हैं उन्होंने तो कहना मतलब उन्होंने हेठ वो मतलब कि करता है तो वह आके जी करता माहौल वधिया हो तो वह आके दस देता कि अज ये मेरे तो गलती होगी है ना तो उत्थे बंदे नूं संभाला जा सकता है वह फिर डरदा दसदा नहीं है तो जो घरदे नूं पता लगता है तो फिर वह भी आराम नाल गल नहीं करते वह भी फिर सिर्फ तो सिर्फ मतलब कि थिप थप्पड़ मारन तो चित्र पड़ेड़ के आप कहने कि उस तो ही शुरू करते हैं उन्होंने पता है फिर वह जो भी कित इस तरह का गलत काम होंगे हो जाता है उस तो वह फिर आके घर नहीं दसदा उदो पता लगता है जो तो गल सिरे मतलब कि उपर पानी सिर तो टप गया होंगे है इस करके ये जो भरोसा है इन्हें वास्ते मतलब कि एक माहौल परिवार को बनाना चाहिए है देखो जी परवरिश हैगी है असी तो यह सोचते हैं कि भी साड़ी परवरिश के माँ प्यो ने करती हम दसो ना मैं कहा जी एक थोड़ा परवरिश के वास्ते थोड़ी जी ट्रेनिंग लेनी चाहिए है वो ट्रेनिंग का यह मतलब नहीं है तुम पढ़ लो कुछ पता कर लो
ਹੁਣ ਅੱਜ ਦੀ ਤਰੀਕ ਦੇ ਵਿੱਚ ਸਮਾਜ ਵਿਗਿਆਨ ਨੇ ਮਤਲਬ ਕਿਹਾ ਵੀ ਚਾਰ ਤਰ੍ਹਾਂ ਦੀ ਪ੍ਰਿੰਟਿੰਗ ਹੁੰਦੀ ਹੈਗੀ ਹੈ ਅਤੇ ਸਭ ਤੋਂ ਵਧੀਆ ਪ੍ਰਿੰਟਿੰਗ ਮੰਨਦੇ ਹੈਗੇ ਉਹਨੂੰ ਡੈਮੋਕਰੈਟਿਕ ਪ੍ਰਿੰਟਿੰਗ ਕਹਿੰਦੇ ਜਿਵੇਂ ਡੈਮੋਕਰੇਸੀ ਹੈਗੀ ਵੀ ਡੈਮੋਕਰੈਟਿਕ ਪ੍ਰਿੰਟਿੰਗ ਦਾ ਮਤਲਬ ਹੈਗਾ ਵੀ ਜਿੱਥੇ ਆਪਸ ਵਿੱਚ ਬੱਚੇ ਅਤੇ ਮਾਪੇ ਆਪਸ ਵਿੱਚ ਖੁੱਲ੍ਹ ਕੇ ਗੱਲ ਕਰ ਸਕਣ ਹੈ ਨਾ, ਉਹ ਸਵਾਲ ਪੁੱਛ ਸਕਣ, ਉਹ ਜਵਾਬ ਦੇ ਸਕਣ, ਜਾਂ ਮਾਪੇ ਅਤੇ ਬੱਚੇ ਜਿਹੜੇ ਨੇ ਉਹ ਇਕੱਠੇ ਬੈਠਣ ਹੈ ਨਾ, ਕਿਸੇ ਟਾਈਮ ਬੈਠਣ ਅਤੇ ਉਹ ਸਾਰੇ ਦਿਨ ਦੀ ਗੱਲਬਾਤ ਇਸ ਤਰ੍ਹਾਂ ਸਹਿਜ ਤਰੀਕੇ ਨਾਲ ਕਰਨ ਵੀ ਅੱਜ ਤੋਂ ਬੱਚੇ ਕੀ ਹੋਮਵਰਕ ਮਿਲਿਆ ਹੈਗਾ, ਕੀ ਕੰਮ ਕੀਤਾ, ਹੋਰ ਬੱਚਿਆਂ ਨੇ ਕੀ ਕੀਤਾ, ਟੀਚਰ ਨੇ ਕੀ ਕਿਹਾ, ਇੱਕ ਉਹਨਾਂ ਨੂੰ ਲੱਗੇ ਵੀ ਸਾਡੇ ਹੁਣ ਮਾਪਿਆਂ ਨਾਲ ਅਸੀਂ ਬੜੀ ਆਰਾਮ ਨਾਲ ਗੱਲਬਾਤ ਕਰ ਸਕਦੇ ਹੈਗੇ ਹਾਂ ਜੀ। ਇਹ ਇਸ ਤਰ੍ਹਾਂ ਦੀ ਜਿਹੜੀ ਜਦੋਂ ਮਤਲਬ ਕਿ ਪਰਵਰਿਸ਼ ਹੁੰਦੀ ਹੈਗੀ ਹੈ ਤਾਂ ਫਿਰ ਬੱਚਾ ਖੁੱਲ੍ਹ ਕੇ ਗੱਲ ਕਰਦਾ ਹੈਗਾ, ਬੱਚਾ ਖੁੱਲ੍ਹ ਕੇ ਸਵਾਲ ਪੁੱਛਦਾ ਹੈਗਾ, ਕਿਉਂਕਿ ਜਿਹੜੀ ਉਮਰ ਹੈਗੀ ਹੈ ਜਦੋਂ ਬੱਚਾ ਜਵਾਨ ਹੋ ਰਿਹਾ ਹੁੰਦਾ ਉਹਦੇ ਮਨ 'ਚ ਬੜੇ ਸਵਾਲ ਆ ਰਹੇ ਹੁੰਦੇ ਨੇ ਕਿ ਹੁਣ ਸੈਕਸ ਦਾ ਵਿਕਾਸ ਹੋ ਰਿਹਾ, ਉਹਦੇ ਪ੍ਰਤੀ ਉਹਦੀ ਗੱਲ ਹੁੰਦੀ ਹੈਗੀ ਹੈ, ਹੋਰ ਸਮਾਜ ਦੇ ਛੋਟਾ ਮੋਟਾ ਵਿਤਕਰਾ ਹੋ ਰਿਹਾ, ਉਹ ਜਿਵੇਂ ਕਲਾਸ 'ਚ ਦੇਖੇ ਵੀ ਇੱਕ ਬੱਚਾ ਮਤਲਬ ਕਿ ਦਲਿਤ ਹੈਗਾ ਅਤੇ ਪੇਰੈਂਟ ਜਿਹੜੇ ਟੀਚਰ ਜਿਹੜਾ ਹੈਗਾ ਉਹਦੇ ਨਾਲ ਵਧੀਆ ਤਰੀਕੇ ਨਾਲ ਬੋਲ ਨਹੀਂ ਰਿਹਾ ਹੈਗਾ ਹੈ, ਅਤੇ ਫਿਰ ਉਹ ਆ ਕੇ ਪੁੱਛੇ ਵੀ ਸਾਡੇ ਇੱਕ ਬੱਚਾ ਹੈਗਾ ਅਤੇ ਟੀਚਰ ਇਸ ਤਰ੍ਹਾਂ ਕਿਉਂ ਕਰਦੇ ਉਹਦੇ ਨਾਲ, ਤਾਂ ਉਹਨੂੰ ਨਹੀਂ ਪਤਾ ਇਹ ਸਮਾਜ ਦੀ ਵਿਵਸਥਾ ਦਾ, ਤਾਂ ਉਹੋ ਜਿਹੇ ਸਵਾਲ ਉਹਦੇ ਮਨ 'ਚ ਉੱਠਦੇ ਨੇ ਉਹ ਆ ਕੇ ਸਿੱਧੀ ਗੱਲ ਕਰੂਗਾ ਫਿਰ, ਤਾਂ ਕਿ ਉੱਥੇ ਉਹਨੂੰ ਪਤਾ ਲੱਗੂਗਾ ਵੀ ਇਸ ਵਿਵਸਥਾ ਇਸ ਤਰ੍ਹਾਂ ਦੀ ਕਿਉਂ ਹੈਗੀ ਹੈ। ਤਾਂ ਉਹ ਵੀ ਮਤਲਬ ਕਿ ਸੈਕਸ ਦੇ ਬਾਰੇ ਹੈਗੀ ਹੈ, ਇਹ ਬੱਚਿਆਂ ਦੇ ਪ੍ਰਤੀ ਉਹਨਾਂ ਦੇ ਉੱਤੇ ਖਿੱਚ ਹੁੰਦੀ ਹੈ, ਅਟਰੈਕਸ਼ਨ ਹੁੰਦੀ ਹੈ ਲੜਕੇ ਦੀ ਲੜਕੀਆਂ ਪ੍ਰਤੀ, ਦੋਵਾਂ ਪ੍ਰਤੀ ਇੱਕ ਦੂਜੇ ਦੇ ਪ੍ਰਤੀ ਹੁੰਦੀ ਹੈਗੀ ਹੈ, ਲੜਕੀਆਂ ਦੀ ਮਾਂਹਵਾਰੀ ਸ਼ੁਰੂ ਹੁੰਦੀ ਹੈ, ਉਹਦੇ ਵਰਗੇ ਸਵਾਲ ਹੁੰਦੇ ਨੇ, ਉਹ ਨੌਜਵਾਨਾਂ ਦੇ ਆਪਣੇ ਵੀਰਜ ਨੂੰ ਲੈ ਕੇ ਕੱਪੜੇ ਰਾਤ ਨੂੰ ਮਤਲਬ ਕਿ ਉਹਦੇ ਗਿੱਲੇ ਹੋ ਜਾਂਦੇ ਹੈਗੇ ਨੇ, ਅਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ। ਜੇ ਇੱਕ ਮਾਹੌਲ ਵਧੀਆ ਹੋਊਗਾ ਤਾਂ ਫਿਰ ਮਤਲਬ ਕਿ ਉਹ ਹੋਣਗੇ ਅਤੇ ਉਹਨਾਂ ਦੀ ਪਰੇਸ਼ਾਨੀ ਮਤਲਬ ਕਿ ਜਿਹੜੀ ਹੈਗੀ ਘੱਟ ਹੋਊਗੀ। ਵੈਸੇ ਤਾਂ ਮੈਂ ਇਹ ਕਹਿੰਦਾ ਕਿ ਮਾਪਿਆਂ ਨੂੰ ਇਸ ਪੜਾਅ ਦਾ ਪਤਾ ਹੁੰਦਾ ਹੈਗਾ ਵੀ ਹੁਣ ਬੱਚਾ ਨੌਜਵਾਨ ਹੋ ਰਿਹਾ ਹੈਗਾ ਅਤੇ ਇਹਨੂੰ ਮਤਲਬ ਕਿ ਕਿਹੜੇ ਕਿਹੜੇ ਸਵਾਲ ਇਹਦੇ ਮਨ 'ਚ ਉੱਠ ਰਹੇ ਹੋਣੇ ਆ, ਅਤੇ ਤੁਸੀਂ ਉਹਨਾਂ ਸਵਾਲਾਂ ਦੇ ਪੈਦਾ ਹੋਣ ਉਸ ਤੋਂ ਪਹਿਲਾਂ ਹੀ ਤੁਸੀਂ ਉਹਨਾਂ ਨੂੰ ਤਿਆਰ ਕਰਾਉਣਾ ਚਾਹੀਦਾ ਹੈ। ਜੀ 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 ਬਿਲਕੁਲ ਡਾਕਟਰ ਸਾਹਿਬ, ਇੱਕ ਇਹ ਵੀ ਗੱਲ ਹੁੰਦੀ ਆ ਕਿ ਜਦੋਂ ਘਰ ਦੇ ਵਿੱਚ ਕੁੜੀਆਂ ਜਿਹੜੀਆਂ ਆ ਉਹਨਾਂ ਨੂੰ ਕਿਹਾ ਜਾਂਦਾ ਆ ਕਿ ਉਹ ਇਹ ਵੀ ਕਹਿੰਦੀਆਂ ਨੇ ਕਿ ਸਾਡੇ ਨਾਲ ਵਿਤਕਰਾ ਵੀ ਹੁੰਦਾ ਆ, ਅਤੇ ਜਿਹੜਾ ਲੜਕਾ ਹੁੰਦਾ ਆ ਉਹਨੂੰ ਕੰਪੈਰੀਟਿਵਲੀ ਜਿਹੜੀ ਲੜਕੀ ਆ ਉਹਦੇ ਕੋਈ ਚੀਜ਼ਾਂ ਵੀ ਲਿਆਉਣ ਬਾਹਰੋਂ ਲਿਆ ਕੇ ਜਿਹੜੀਆਂ ਆ ਉਹ ਜ਼ਿਆਦਾ ਦਿੱਤੀਆਂ ਜਾਂਦੀਆਂ ਜਾਂ ਉਹਦੀ ਹਰ ਡਿਮਾਂਡ ਪੂਰੀ ਕੀਤੀ ਜਾਂਦੀ ਹੈ, ਇਸ ਚੀਜ਼ ਨੂੰ ਲੈ ਕੇ ਵੀ ਕੁੜੀਆਂ ਜਿਹੜੀਆਂ ਆ ਉਹ ਕਹਿੰਦੀਆਂ ਕਿ ਸਾਡੇ ਨਾਲ ਵਿਤਕਰਾ ਹੁੰਦਾ ਆ। ਅਤੇ ਜਾਂ ਫਿਰ ਕਈ ਵਾਰ ਇਹ ਵੀ ਹੁੰਦਾ ਵਾ ਕਿ ਜਦੋਂ ਕਿਸੇ ਘਰ ਦੇ ਵਿੱਚ ਕੋਈ ਕੁੜੀ ਹੋਵੇ ਤਾਂ ਉਸਨੂੰ ਕਿਹਾ ਜਾਂਦਾ ਕਿ ਇਹ ਮੇਰਾ ਪੋਤੇ ਆ, ਇਹ ਮੇਰਾ ਬੇਟਾ ਆ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ। ਹਾਂ, ਜੇਕਰ ਉਹ ਲੜਕੀ ਆ ਤੁਸੀਂ ਉਹਦੀ ਰਿਸਪੈਕਟ ਕਰਦੇ ਹੋ ਜਾਂ ਫਿਰ ਉਹਨੂੰ ਲੜਕੀ ਨੂੰ ਲੜਕੀ ਹੀ ਕਹੋ ਬੇਟਾ ਕਹਿ ਕੇ, ਫਿਰ ਇੱਕ ਵਿਤਕਰੇ ਵਾਲੀ ਭਾਵਨਾ ਹੀ ਜਿਹੜੀ ਆ ਉਹ ਬਣਦੀ ਹੈ। ਬਿਲਕੁਲ ਸਹੀ ਗੱਲ ਹੈ। ਦੇਖੋ ਬਦਲ ਸਾਹਿਬ, ਸਾਡੇ ਸਮਾਜ ਵਿੱਚ ਜਿਹੜੀ ਆਪਾਂ ਗੱਲਾਂ ਪਹਿਲਾਂ ਕੀਤੀਆਂ ਨੇ ਉਹ ਹੈਗੀਆਂ ਸਾਂਝੀਆਂ ਗੱਲਾਂ ਹੈਗੀਆਂ, ਉਹ ਮਤਲਬ ਕਿ ਉਹ ਜੋ ਵਿਕਾਸ ਹੋ ਰਿਹਾ ਉਹ ਲੜਕੇ ਦਾ ਵੀ ਹੋ ਰਿਹਾ, ਲੜਕੀ ਦਾ ਵੀ ਹੋ ਰਿਹਾ, ਮਨ ਦਾ ਵਿਕਾਸ ਵੀ ਸੇਮ ਹੈ, ਦਿਮਾਗ ਦਾ ਵਿਕਾਸ ਜਿਹੜਾ ਹੈਗਾ, ਸਵਾਲ ਖੜੇ ਹੋਣੇ ਮਤਲਬ ਕਿ ਜਿਹੜੀ ਆਸੇ ਪਾਸੇ ਸ਼ੰਕਾਵਾਂ ਨੇ ਉਹ ਉਹਦੇ ਮਨ 'ਚ ਉੱਠਦੀਆਂ ਨੇ, ਲੜਕੇ ਦੀ ਵੀ ਉੱਠਦੀਆਂ ਨੇ। ਪਰ ਇਸ ਪੱਖ ਤੋਂ ਜੇ ਆਪਾਂ ਲੜਕੇ ਲੜਕੀ ਦੀ ਗੱਲ ਕਰੀਏ ਤਾਂ ਜਦੋਂ ਉਹ ਸਾਡੇ ਸਾਹਮਣੇ ਇੱਕ ਸਾਡਾ ਸਮਾਜ, ਖਾਸ ਤੌਰ 'ਤੇ ਜਦੋਂ ਸਾਡਾ ਸਮਾਜ ਹੈਗਾ, ਜਦੋਂ ਅਸੀਂ ਉਹਨੂੰ ਪਹਿਲੇ ਦਿਨ ਤੋਂ ਅਹਿਸਾਸ ਕਰਵਾਉਂਦੇ ਹਾਂ ਕਿ ਕੁੜੀ ਹੈਗੀ ਹੈ, ਤੂੰ ਕੁੜੀ ਹੈਗੀ ਹੈ, ਤੂੰ ਕੁੜੀ ਹੈ, ਕੁੜੀ ਬਣ ਕੇ ਰਿਹਾ ਕਰ, ਤੂੰ ਕੁੜੀ ਬਣ ਕੇ ਰਿਹਾ ਕਰ, ਇਹ ਸਾਡੀ ਪਰਵਰਿਸ਼ ਦੇ ਵਿੱਚ ਹੀ ਇੱਕ ਵੱਡਾ ਫਰਕ ਹੈਗਾ। ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ, ਜਾਂ ਹੋਰ ਜਿੱਥੇ ਇਸ ਤਰ੍ਹਾਂ ਦੇ ਵਿਤਕਰੇ ਜਾਂ ਮੁੰਡੇ ਕੁੜੀ ਦੇ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਸਾਡੇ ਸੈਕਸ ਮਤਲਬ ਕਿ ਜਿਹੜਾ ਹੈਗਾ ਡਿਸਕ੍ਰੀਮੀਨੇਸ਼ਨ ਨਹੀਂ ਹੈਗੀ, ਔਰਤਾਂ ਮਤਲਬ ਮਰਦਾਂ ਜਿੱਥੇ ਵੀ ਉਹ ਕੰਮ ਕਰਦੀਆਂ ਨੇ ਜਾਂ ਜਿੱਥੇ ਵੀ ਕਰਦੀਆਂ ਨੇ ਪਰਿਵਾਰਾਂ ਤੋਂ ਲੈ ਕੇ ਅਤੇ ਕੰਮ ਵਾਲੀ ਥਾਂ ਤੱਕ, ਸਾਡੇ ਮਤਲਬ ਕਿ ਜਨਮ ਤੋਂ ਇਸ ਤਰ੍ਹਾਂ ਸ਼ੁਰੂ ਹੋ ਜਾਂਦਾ, ਸਾਡਾ ਇੱਕ ਮਾਹੌਲ ਹੈਗਾ। ਦੂਜਾ ਹੈਗਾ ਵੀ ਸਾਡਾ ਜਿਹੜਾ ਮਾਹੌਲ ਹੈਗਾ ਉਹ ਔਰਤਾਂ ਦੇ ਪ੍ਰਤੀ ਸੁਰੱਖਿਅਤ ਵੀ ਨਹੀਂ ਹੈਗਾ ਜੀ। ਮਾਂ ਪਿਓ ਦੀ ਜਿਹੜੀ ਚਿੰਤਾ ਹੈਗੀ ਹੈ ਉਹ ਚਿੰਤਾ ਵਾਜਬ ਵੀ ਹੈਗੀ ਹੈ, ਉਹਨਾਂ ਨੂੰ ਪਤਾ ਹੈਗਾ ਕਿ ਵੀ ਅਸੀਂ ਇਹਨਾਂ ਨੂੰ ਉਹ ਖੁੱਲ੍ਹ ਨਹੀਂ ਦੇ ਸਕਦੇ ਜਿਹੜੀ ਅਸੀਂ ਮੁੰਡੇ ਨੂੰ ਦਿੰਦੇ ਹਾਂ। ਅਸੀਂ ਗੱਲ ਹੈਗੀ ਉੱਥੇ ਇਹ ਸਮਝਣ ਦੀ ਗੱਲ ਹੈਗੀ ਹੈ ਵੀ ਜਿਹੜਾ ਲੜਕੇ ਨੂੰ ਵੀ ਆਪਾਂ ਖੁੱਲ੍ਹ ਦੇਣੀ ਹੈ ਨਾ, ਉਹਨੂੰ ਵੀ ਉਸ ਹਿਸਾਬ ਨਾਲ ਦਈਏ ਤਾਂ ਕਿ ਅਸੀਂ ਲੜਕੀ ਦੇ ਜੇ ਮਾਹੌਲ ਹੈਗਾ ਤਾਂ ਬਾਹਰ ਦਾ ਮਾਹੌਲ ਜਿਹੜਾ ਹੈਗਾ। ਲੜਕੀ ਆਮ ਤੌਰ 'ਤੇ ਕਹਿੰਦੀਆਂ ਨੇ ਕਿ ਵੀ ਇੱਕ ਯੂਨੀਵਰਸਿਟੀ ਦੇ ਵਿੱਚ ਕਿਹਾ ਗਿਆ ਵੀ ਤੁਸੀਂ 5 ਵਜੇ ਹੋਸਟਲ ਆ ਜਾਣਾ, 8 ਵਜੇ ਤੋਂ ਬਾਅਦ ਹੋਸਟਲ ਆ ਜਾਣਾ ਹੈਗਾ। ਉਹ ਕਹਿੰਦੇ ਕਿਉਂ? ਕਹਿੰਦੇ ਕਿ ਬਾਹਰ ਜਿਹੜੇ ਨਾ ਉਹ ਬਘਿਆੜ ਫਿਰਦੇ ਹੈਗੇ ਨੇ, ਅਸੀਂ ਤੁਹਾਨੂੰ ਉਹਨਾਂ ਤੋਂ ਬਚਾਉਣਾ ਚਾਹੁੰਦੇ ਹਾਂ। ਉਹਨੇ ਕਿਹਾ ਫਿਰ ਬਘਿਆੜਾਂ ਨੂੰ ਤੁਸੀਂ ਜੇਲ੍ਹਾਂ 'ਚ ਪਾਓ, ਮਤਲਬ ਕਿ ਉਹਨਾਂ ਨੂੰ ਪਿੰਜਰੇ 'ਚ ਪਾਓ, ਸਾਨੂੰ ਕਦੋਂ ਪਾਉਂਦੇ ਹੋ ਮਤਲਬ ਕਿ। ਅਤੇ ਉਹੀ ਸਵਾਲ ਹੈਗਾ ਵੀ ਗੱਲ ਹੈਗੀ ਵੀ ਇਹ ਦੋਹਾਂ ਨੂੰ ਬਰਾਬਰ ਦਾ ਮਾਪੇ ਪਰਵਰਿਸ਼ ਵਿੱਚ ਕਰਨ, ਉਹਨਾਂ ਨੂੰ ਇਹ ਵਿਤਕਰੇ ਦਾ ਅਹਿਸਾਸ ਹੀ ਨਾ ਹੋਵੇ, ਉਸ ਤਰ੍ਹਾਂ ਦਾ ਘਰ ਦੇ 'ਚ ਮਾਹੌਲ ਹੋਵੇ, ਅਤੇ ਮਤਲਬ ਕਿ ਵੱਧ ਖੁੱਲ੍ਹ ਦੇ ਕੇ ਵੀ ਅਸੀਂ ਮੁੰਡਿਆਂ ਨੂੰ ਮਤਲਬ ਕਿ ਬਹੁਤਾ ਵਧੀਆ ਮਤਲਬ ਕਿ ਮਾਹੌਲ ਆਪਣੇ ਉਹਨਾਂ ਦੀ ਉਸਾਰੀ ਨਹੀਂ ਕਰ ਰਹੇ ਹੁੰਦੇ, ਸਗੋਂ ਉਹਦੇ ਨਾਲ ਉਹਨਾਂ ਦਾ ਨੁਕਸਾਨ ਹੀ ਕਰ ਰਹੇ ਹੁੰਦੇ ਆ ਜੀ। ਡਾਕਟਰ ਸਾਹਿਬ, ਕਈ ਵਾਰ ਬਜ਼ੁਰਗਾਂ ਦਾ ਵੀ ਇਹ ਹੁੰਦਾ ਵਾ ਕਿ
ਜੇਕਰ ਅਸੀਂ ਕਹਿੰਦੇ ਹਾਂ ਕਿ ਬੱਚੇ ਨੇ ਵੀ ਆਪਣੇ ਹਿਸਾਬ ਨਾਲ ਚੱਲਣਾ ਹੁੰਦਾ ਥੋੜ੍ਹਾ ਬਹੁਤਾ, ਤਾਂ ਕਈ ਵਾਰ ਅਸੀਂ ਉੱਤੇ ਪ੍ਰੈਸ਼ਰ ਪਾਉਂਦੇ ਹਾਂ ਕਿ ਤੂੰ ਪੜ੍ਹਾਈ ਨਹੀਂ ਕਰਦਾ ਜਾਂ ਤੂੰ ਆਹ ਗੱਲ ਨਹੀਂ ਕਰਦਾ, ਤੈਨੂੰ ਕਿੰਨੀ ਵਾਰ ਕਿਹਾ ਤੂੰ ਆਹ ਕੰਮ ਨਹੀਂ ਕਰਦਾ। ਨਹੀਂ ਦੇਖੋ ਸਾਹਿਬ, ਜਿਸ ਤਰ੍ਹਾਂ ਮਤਲਬ ਕਿ ਨੌਜਵਾਨਾਂ ਦੀ ਜਾਂ ਬੱਚਿਆਂ ਦੀ ਆਸਾਂ ਨੇ ਮਾਪਿਓ ਤੋਂ, ਉਵੇਂ ਮਤਲਬ ਕਿ ਵੱਡਿਆਂ ਦੀ ਵੀ ਆਸਾਂ ਨੇ ਮਤਲਬ ਕਿ ਵੀ ਉਹ ਕਿਹੋ ਜਿਹੇ ਹੋਣ। ਵੱਡਾ ਇੱਕ ਇੱਥੇ ਆਪਾਂ ਗੱਲ ਨੂੰ ਮਤਲਬ ਕਿ ਇੱਕ ਜੇ ਸਮੇਟਣਾ ਹੋਵੇ ਤਾਂ ਉਹ ਹੈਗਾ ਵੀ ਮਾਪਿਓ ਨੂੰ ਇੱਕ ਹੈਗੀ ਹੈ ਵੀ ਇਹ ਨਾ ਬੱਚੇ ਸਾਡੀ ਨਾ ਇੱਜ਼ਤ ਨਹੀਂ ਕਰਦੇ, ਸਾਡਾ ਕਹਿਣਾ ਨਹੀਂ ਮੰਨਦੇ, ਓਬੀਡੀਐਂਟ ਨਹੀਂ ਹੈਗੇ, ਰਿਸਪੈਕਟਫੁੱਲ ਨਹੀਂ ਹੈਗੇ। ਦੇਖੋ ਰਿਸਪੈਕਟ ਕਰਨਾ ਅਤੇ ਓਬੀਡੀਐਂਟ ਹੋਣਾ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਹੈਗੀਆਂ। ਜਦੋਂ ਮੈਂ ਕਹਿ ਰਿਹਾ ਜਦੋਂ ਬੱਚੇ ਬਹਿਸ ਕਰਦੇ ਹੈਗੇ ਨੇ, ਤਾਂ ਜੇ ਬੱਚੇ ਦੀ ਬਹਿਸ ਦੇ ਤੁਸੀਂ ਮਾਪਿਓ ਨੂੰ ਗਲਤ ਖੜਾਉਣ ਦੀ ਕੋਸ਼ਿਸ਼ ਕਰਦੇ ਹੋ, ਸੋਚਦੇ ਨੇ ਇਹ ਸਾਡੀ ਇੱਜ਼ਤ ਨਹੀਂ ਕਰ ਰਿਹਾ, ਉਹ ਇੱਜ਼ਤ ਨਹੀਂ ਹੈਗੀ, ਉਹ ਮਤਲਬ ਕਿ ਆਪਣੀ ਗਲਤ ਰੱਖ ਰਿਹਾ ਹੈਗਾ। ਉਹ ਇੱਜ਼ਤ ਜਿਹੜੀ ਹੈਗੀ ਹੈ ਉਹ ਹੈਗੀ ਹੈ ਵੀ ਤੁਸੀਂ ਉਹਨਾਂ ਪੂਰੀ ਖਿਆਲ ਰੱਖ ਲਿਓ, ਵਧੀਆ ਪਰਵਰਿਸ਼ ਕਰ ਰਹੇ ਹੋ, ਉਹਦੀਆਂ ਹਰ ਤਰ੍ਹਾਂ ਦੀਆਂ ਉਹਨਾਂ ਨੂੰ ਸਹੂਲਤਾਂ ਦੇ ਰਹੇ ਹੋ, ਉਹਦੀਆਂ ਮਨ ਦੀ ਗੱਲ ਸੁਣ ਰਹੇ ਹੋ, ਉਹਨਾਂ ਬੈਠ ਕੇ ਇਕੱਠੇ ਮਤਲਬ ਕਿ ਸਾਂਝ ਹੈਗੀ ਹੈ ਪਰਿਵਾਰ ਦੀ ਵਧੀਆ, ਫਿਰ ਤੁਹਾਡੀ ਇੱਜ਼ਤ ਹੋਊਗੀ। ਅਤੇ ਮਤਲਬ ਕਿ ਆਪਾਂ ਉਹਨਾਂ ਤੋਂ ਆਸ ਨਾ ਕਰੀਏ ਕਿ ਹਰੇਕ ਗੱਲ 'ਤੇ ਹਾਂ ਜੀ ਹਾਂ ਜੀ ਕਰਨ, ਜੇ ਕਿਤੇ ਤੁਸੀਂ ਗਲਤ ਹੈਗੇ ਹੋ ਤਾਂ ਜੇ ਤੁਹਾਨੂੰ ਮਤਲਬ ਕਿ ਥੋੜ੍ਹਾ ਜਿਹਾ ਮਤਲਬ ਕਿ ਕਰੈਕਟ ਕਰਨ ਦੀ ਕੋਸ਼ਿਸ਼ ਵੀ ਤਾਂ ਉਹ ਤੁਸੀਂ ਵੀ ਉਹਨਾਂ ਦੀ ਰਿਸਪੈਕਟ ਕਰੋ ਵੀ ਤੂੰ ਇਹ ਗੱਲ ਵਧੀਆ ਕਹੀ ਹੈਗੀ। ਤਾਂ ਇਹ ਆਪਸ ਦੇ 'ਚ ਇੱਕ ਮਤਲਬ ਕਿ ਸਾਂਝਾ ਸੰਬੰਧ ਹੈਗਾ, ਮਿਊਚੁਅਲ ਇੱਕ ਦੂਜੇ ਦਾ ਮਤਲਬ ਕਿ ਇੱਜ਼ਤ ਕਰਨੀ, ਇੱਕ ਦੂਜੇ ਦਾ ਕਹਿਣਾ ਮੰਨਣਾ, ਇੱਕ ਦੂਜੀ ਗੱਲ ਸੁਣਨੀ। ਗੱਲ ਸੁਣਨੀ ਹੀ ਕਾਫੀ ਹੁੰਦੀ ਹੈ, ਬੱਚੇ ਦੀ ਗੱਲ ਤੁਸੀਂ ਸੁਣ ਲੈਂਦੇ ਹੋ ਨਾ, ਉਹਦੇ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਹੈਗੇ। ਜੀ 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 ਬਿਲਕੁਲ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਸਮੁੱਚੀ ਗੱਲਬਾਤ ਕੀਤੀ, ਅਤੇ ਅੰਤ ਦੇ ਉੱਤੇ ਇੱਕ ਸ਼ੋਰਟ ਦੇ ਵਿੱਚ ਕੀ ਸੁਨੇਹਾ ਜਿਹੜਾ ਹੈ ਉਹ ਮਾਪਿਆਂ ਨੂੰ ਵੀ ਅਤੇ ਬੱਚਿਆਂ ਨੂੰ ਵੀ ਦੇਣਾ ਚਾਹੋਗੇ? ਦੇਖੋ ਗੱਲ ਤਾਂ ਹੈਗੀ ਕਿ ਮਾਪਿਓ ਦੇ ਬੱਚੇ ਸਾਰੇ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਹੈਗੇ ਨੇ, ਤਾਂ ਉੱਥੇ ਹੀ ਮਾਪੇ ਨੇ, ਉੱਥੇ ਹੀ ਬੱਚੇ ਨੇ, ਤਾਂ ਸਾਰੀ ਗੱਲ ਆਉਂਦੀ ਹੈ ਉਸ ਮਾਹੌਲ ਦੇ ਉੱਤੇ ਵੀ ਉਹ ਮਾਹੌਲ, ਜੇ ਹੁਣ ਮਾਹੌਲ ਦੀ ਗੱਲ ਕਰੀ ਤਾਂ ਮਾਹੌਲ ਬਣਾ ਕੇ ਦੇਣਾ ਕਿੰਨੇ ਉਹ ਮਾਪਿਆਂ ਨੇ ਦੇਣਾ ਹੈਗਾ। ਇਸ ਕਰਕੇ ਮਾਪੇ ਜਿਹੜੇ ਨੇ ਨਾ ਉਸ ਤਰ੍ਹਾਂ ਦਾ ਮਾਹੌਲ ਦੇਣ ਕਿ ਬੱਚੇ ਆਪਣੇ ਆਪ ਨੂੰ ਉੱਥੇ ਬੜੇ ਵਧੀਆ ਅਤੇ ਸੁਰੱਖਿਅਤ ਅਤੇ ਮਤਲਬ ਕਿ ਆਰਾਮਦੇਹ ਮਹਿਸੂਸ ਕਰਨ, ਅਤੇ ਬੱਚੇ ਵੀ ਜਿਹੜੇ ਨੇ ਉਹ ਜੋ ਮਾਪੇ ਨੇ ਆਪਾਂ ਉਹਨਾਂ ਦੇ ਉੱਤੇ ਸਵਾਲ ਖੜੇ ਕਰਨੇ ਬੜੇ ਆਸਾਨ ਹੁੰਦੇ ਹੈ, ਅਤੇ ਪਰ ਜਦੋਂ ਕੋਈ ਵੀ ਉਹ ਝਿੜਕ ਰਿਹਾ ਹੁੰਦਾ ਨਾ, ਭਾਵੇਂ ਉਹ ਠੀਕ ਹੈ ਕਿ ਉਹਨਾਂ ਦੀ ਭਾਸ਼ਾ ਜਾਂ ਉਹਨਾਂ ਦੇ ਬੋਲ ਚਾਲ ਦੀ ਵੱਧ ਗਰਮ ਹੋ ਸਕਦੀ ਹੈ, ਪਰ ਅਲਟੀਮੇਟਲੀ ਉਹਨਾਂ ਦੇ 'ਚ ਤੁਹਾਡਾ ਫਿਕਰ, ਬੱਚਿਆਂ ਦਾ ਫਿਕਰ ਲੁਕਿਆ ਹੁੰਦਾ ਹੈਗਾ। ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਇਹਦੀ ਅਲਟੀਮੇਟਲੀ ਜਿਹੜਾ ਫਿਕਰ ਹੈ ਉਹ ਮੇਰੇ 'ਤੇ ਹੈਗਾ, ਇਹ ਮੇਰੇ ਵਾਸਤੇ ਹੀ ਇਸ ਤਰ੍ਹਾਂ ਦਾ ਕਰ ਰਿਹਾ ਹੈਗਾ। ਉਹ ਤਰੀਕਾ ਜਿਹੜਾ ਹੈਗਾ ਉਹਦੇ ਸਮਝਾਉਣ ਦਾ, ਗੱਲ ਕਰਨ ਦਾ, ਉਹ ਵੱਖਰਾ ਹੋ ਸਕਦਾ, ਉਹ ਬੈਠ ਕੇ ਆਪਸ ਦੇ ਵਿੱਚ ਸੰਵਾਦ ਜੇ ਹੋਊਗਾ ਉਹ ਮਸਲੇ ਹੱਲ ਹੋ ਸਕਦੇ ਨੇ। ਜੀ ਜੀ ਜੀ। ਸੋ ਇਹ ਸਨ ਡਾਕਟਰ SS ਦੀਪਤੀ, ਜਿਨ੍ਹਾਂ ਨੇ ਅੱਜ ਇੱਕ ਬੜਾ ਹੀ ਗੰਭੀਰ ਜਿਹੜਾ ਵਿਸ਼ਾ ਸੀਗਾ ਉਹਦੇ ਉੱਤੇ ਚਰਚਾ ਜਿਹੜੀ ਕੀਤੀ ਕਿ ਬੱਚਿਆਂ ਅਤੇ ਮਾਪਿਆਂ ਦੇ ਆਪਸੀ ਰਿਸ਼ਤੇ ਦੇ ਵਿੱਚ ਜੋ ਸੰਕਟ ਪੈਦਾ ਹੋ ਰਿਹਾ ਆ, ਆਸ ਕਰਦੇ ਹਾਂ ਕਿ ਬਹੁਤ ਕੁਝ ਜਿਹੜਾ ਹੈ ਉਹ ਮਾਪਿਆਂ ਨੂੰ ਵੀ ਅਤੇ ਬਹੁਤ ਕੁਝ ਜਿਹੜਾ ਹੈ ਉਹ ਬੱਚਿਆਂ ਨੂੰ ਵੀ ਪਤਾ ਲੱਗਾ ਹੋਏਗਾ ਕਿ ਅਸੀਂ ਇਸ ਰਿਸ਼ਤੇ ਨੂੰ ਕਿਵੇਂ ਸੁਧਾਰ ਸਕਦੇ ਹਾਂ, ਉਸ ਗੈਪ ਨੂੰ ਕਿਵੇਂ ਖਤਮ ਕਰ ਸਕਦੇ ਹਾਂ ਜਿਹੜਾ ਇੱਕ ਪਾੜਾ ਵੱਧਦਾ ਜਾ ਰਿਹਾ ਵਾ। ਸੋ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਹੋਵਾਂਗੇ ਹਾਜ਼ਰ। ਇਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਡਾਕਟਰ ਸਾਹਿਬ ਦਾ ਧੰਨਵਾਦ, ਸਤਿ ਸ਼੍ਰੀ ਅਕਾਲ।